ਵਿੱਦਿਆ ਵਿਚਾਰੀ ਅਤੇ ਪਰਉਪਕਾਰੀ। ਜਦੋਂ ਵਿੱਦਿਆ ਦੀ ਗੱਲ ਆਉਂਦੀ ਹੈ, ਪੜ੍ਹਾਈ ਦੀ ਗੱਲ ਆਉਂਦੀ ਹੈ, ਅਤੇ ਉੱਥੇ ਮੰਦਰ ਗੁਰਦੁਆਰਾ ਬੱਚੇ ਸਮਝਦੇ ਨੇ, ਅਤੇ ਉਹਨਾਂ ਦੇ ਮਾਂ ਪਿਓ ਪੇਰੈਂਟਸ ਔਰ ਨਾਲ ਦੀ ਨਾਲ ਅਧਿਆਪਕ ਉਹਨਾਂ ਨੂੰ ਉਹਨਾਂ ਦਾ ਤਪ ਸਥਾਨ ਜਿਹੜਾ ਕਹਿ ਸਕਦੇ ਆ ਉਹ ਸਿਰਫ ਅਤੇ ਸਿਰਫ ਸਕੂਲ ਕਾਲਜ ਹੀ ਕਿਹਾ ਜਾਂਦਾ। ਅਤੇ ਜਦੋਂ ਗੱਲ ਹੋਵੇ ਅਧਿਆਪਕਾਂ ਦੀ, ਅਤੇ ਜਦੋਂ ਬੱਚਾ ਜਨਮ ਲੈਂਦਾ, 3-4 ਸਾਲ ਉਹਨੇ ਆਪਣੇ ਪੇਰੈਂਟਸ ਦੇ ਨਾਲ ਬਿਤਾਉਣੇ ਹੁੰਦੇ ਨੇ, ਉੱਥੋਂ ਥੋੜ੍ਹਾ ਥੋੜ੍ਹਾ ਉਹਨੂੰ ਬੋਲਣਾ ਸਿੱਖਦਾ, ਪਰ ਉਸ ਤੋਂ ਬਾਅਦ ਜਿਹੜਾ 4 ਸਾਲਾਂ ਤੋਂ ਬਾਅਦ ਦਾ 20-25 ਸਾਲ 30 ਸਾਲ ਜਿੰਨੀ ਸਾਲ ਵੀ ਉਹ ਐਜੂਕੇਸ਼ਨ ਲੈਂਦਾ, ਪੜ੍ਹਾਈ ਕਰਦਾ, ਵਿੱਦਿਆ ਲੈਂਦਾ, ਅਤੇ ਸਭ ਤੋਂ ਜ਼ਿਆਦਾ ਲੰਮਾ ਸਮਾਂ ਉਹ ਆਪਣੇ ਗੁਰੂ ਦੇ ਨਾਲ, ਗੁਰੂ ਤੋਂ ਭਾਵ ਆਪਣੇ ਟੀਚਰਸ ਦੇ ਨਾਲ, ਆਪਣੇ ਅਧਿਆਪਕਾਂ ਦੇ ਨਾਲ ਬਿਤਾਉਂਦਾ। ਅਤੇ ਦਿਨ ਦਾ 9 ਵਜੇ ਤੋਂ ਲੈ ਕੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2-3 ਵਜੇ ਤੱਕ, ਉਸ ਤੋਂ ਬਾਅਦ ਕੋਚਿੰਗ ਕਲਾਸਿਸ, ਟਿਊਸ਼ਨ ਕਲਾਸਿਸ, ਸਾਰਾ ਦਿਨ ਜਿਹੜਾ ਇੱਕ ਬੱਚੇ ਦਾ ਸਭ ਤੋਂ ਜ਼ਿਆਦਾ 95% ਜਿਹੜਾ ਦਿਨ ਦਾ ਜਾਂ ਜ਼ਿੰਦਗੀ ਦਾ ਹਿੱਸਾ ਸਮਾਂ ਜਿਹੜਾ ਉਹ ਸਿਰਫ ਅਤੇ ਸਿਰਫ ਆਪਣੇ ਅਧਿਆਪਕਾਂ ਨਾਲ ਬੀਤਦਾ। ਸੋ ਅਧਿਆਪਕਾਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਜੀ ਮੈਂ ਰਣਦੀਪ ਤੁਹਾਨੂੰ ਸਤਿ ਸ਼੍ਰੀ ਅਕਾਲ ਆਖਦੀ ਹਾਂ ਔਰ ਸਵਾਗਤ ਕਰਦੀ ਹਾਂ ਪ੍ਰੋਗਰਾਮ ਟੂਡੇ ਵੁਮਨਸ ਦੇ ਵਿੱਚ। ਗੱਲਬਾਤ ਕਰਦੇ ਹਾਂ, ਮੈਂ ਹੁਣ ਤੁਹਾਨੂੰ ਦੱਸ ਦੇਵਾਂ ਕਿ ਮੈਂ ਅੱਜ DAV ਸਕੂਲ ਅੰਮ੍ਰਿਤਸਰ ਦੇ ਵਿੱਚ ਪਹੁੰਚ ਚੁੱਕੀ ਹਾਂ, ਜਿੱਥੇ ਬਹੁਤ ਸਾਰੇ ਅਧਿਆਪਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਨੇ, ਵੱਖਰੇ ਵੱਖਰੇ ਡਿਪਾਰਟਮੈਂਟਸ ਤੋਂ ਇੱਥੇ ਮੇਰੇ ਨਾਲ ਜੁੜੇ ਨੇ ਔਰ ਪ੍ਰੋਗਰਾਮ ਟੂਡੇ ਵੁਮਨਸ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨਗੇ, ਔਰ ਤੁਸੀਂ ਵੀ ਜਾਣੋਗੇ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਜਿਹੜਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਔਰ ਇੱਥੇ DAV ਸਕੂਲ ਜੋ ਕਿ ਲਾਰੈਂਸ ਰੋਡ 'ਤੇ ਹੈ, ਇੱਥੋਂ ਦੇ ਅਧਿਆਪਕ ਕਿੰਨੇ ਸਕਸ਼ਮ ਨੇ, ਆਪਣੇ ਵਿਦਿਆਰਥੀਆਂ ਨੂੰ ਦਿਨ ਰਾਤ ਮਿਹਨਤ ਕਰਕੇ ਪੜ੍ਹਾਉਂਦੇ ਨੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਸ ਤਰ੍ਹਾਂ ਉਹ ਇੱਕ ਵਧੀਆ ਪਾਇਦਾਨ 'ਤੇ ਖੜ੍ਹੇ ਨੇ, ਇੱਕ ਵਧੀਆ ਮੁਕਾਮ 'ਤੇ ਖੜ੍ਹੇ ਨੇ, ਅਧਿਆਪਕ ਬਣੇ ਨੇ, ਇੱਦਾਂ ਹੀ ਉਹਨਾਂ ਦੇ ਬੱਚੇ ਪੜ੍ਹਾਈ ਕਰਕੇ, ਵਿੱਦਿਆ ਲੈ ਕੇ, ਐਜੂਕੇਸ਼ਨ ਲੈ ਕੇ, ਅਤੇ ਅੱਛੇ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਦੀ ਜਿਹੜੀ ਸੈਟਿੰਗ ਹੋ ਸਕੇ, ਅਤੇ ਆਪਣੇ ਕੈਰੀਅਰ ਦੀ ਜਿਹੜੀ ਸ਼ੁਰੂਆਤ ਉਹ ਬਹੁਤ ਬਿਹਤਰੀਨ ਔਰ ਵਧੀਆ ਢੰਗ ਨਾਲ ਕਰ ਸਕਣ। ਸੋ ਆਗਾਜ਼ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਟੂਡੇ ਵੁਮਨਸ, ਅਤੇ ਮੈਂ ਰਣਦੀਪ ਕੌਰ ਤੁਹਾਡੇ ਰੂਬਰੂ। ਸੋ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਆਖਦੀ ਹਾਂ ਮੈਮ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਪਣਾ ਨਾਮ ਦੱਸ ਦਿਓ। ਹਾਂਜੀ, ਮੇਰਾ ਨਾਮ ਹੈ ਅੰਚਲ ਖੰਨਾ। ਔਰ ਕਿਸ ਡਿਪਾਰਟਮੈਂਟ ਤੋਂ ਔਰ ਕਿਹੜੀ ਸਟੱਡੀ ਕਰਵਾ ਰਹੇ ਹਾਂ? ਮੈਂ ਇੰਗਲਿਸ਼ ਡਿਪਾਰਟਮੈਂਟ ਤੋਂ ਹਾਂ, 4th ਅਤੇ 5th ਸਟੈਂਡਰਡ ਨੂੰ ਇੰਗਲਿਸ਼ ਪੜ੍ਹਾਉਂਦੀ ਹਾਂ। ਔਰ ਕਿੰਨੇ ਕੁ ਕਲਾਸ ਦੇ ਵਿੱਚ ਨਟਖਟ ਨੋਟੀ ਬੱਚੇ ਜਿਹੜੇ ਨੇ ਉਹ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਤੁਸੀਂ ਉਹਨਾਂ ਨੂੰ ਪੜ੍ਹਾਉਂਦੇ ਹੋ, ਅਤੇ ਉਹ ਤੁਹਾਨੂੰ ਜਿਹੜਾ ਫੀਡਬੈਕ ਥੋੜ੍ਹਾ ਥੋੜ੍ਹਾ ਤੰਗ ਕਰਨ ਵਾਲਾ ਵੀ, ਮਤਲਬ ਕਿਉਂਕਿ ਜਦੋਂ ਆਪਾਂ ਅਧਿਆਪਕ ਔਰ ਬੱਚੇ ਸਟੂਡੈਂਟ ਦੀ ਗੱਲ ਕਰਦੇ ਹਾਂ, ਤਾਂ ਫਿਰ ਦੋ ਜਿਹੜੇ ਟੌਪਿਕਸ ਹੁੰਦੇ ਨੇ ਜਾਂ ਕਹਿ ਸਕਦੇ ਦੋ ਪਾਏਦਾਨ ਹੁੰਦੇ, ਮਾਂ ਅਤੇ ਬੱਚੇ ਦਾ ਰਿਸ਼ਤਾ, ਉਸ ਤੋਂ ਬਾਅਦ ਟੀਚਰ ਅਤੇ ਬੱਚੇ ਦਾ ਰਿਸ਼ਤਾ, ਸਟੂਡੈਂਟ ਦਾ ਰਿਸ਼ਤਾ, ਉਹ ਵੀ ਬੜਾ ਪਿਆਰਾ ਹੁੰਦਾ। ਸੋ ਆਪਾਂ ਗੱਲ ਪੜ੍ਹਾਈ ਦੇ ਨਾਲ ਨਾਲ ਥੋੜ੍ਹੀ ਦੂਸਰੇ ਪਾਸੇ ਵੀ ਲੈ ਕੇ ਜਾਣੀ ਕਿ ਕਿੱਦਾਂ ਦਾ ਦਿਨ ਬੀਤਦਾ ਹੈ ਔਰ ਕਿੱਦਾਂ ਦਾ ਫੀਲ ਹੁੰਦਾ। ਅਸੀਂ ਬੱਚਿਆਂ ਨੂੰ, ਬੱਚੇ ਤਾਂ ਜਨਰੇਸ਼ਨ ਥੋੜ੍ਹੀ ਰੈਸਟਲੈਸ ਹੈਗੀ ਹੈ, ਸਾਨੂੰ ਸਭ ਨੂੰ ਪਤਾ ਹੈ, ਪਰ ਅਸੀਂ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਇਹੋ ਜਿਹੀਆਂ ਐਕਟੀਵਿਟੀਜ਼ ਦਈਏ ਜਿਹਦੇ ਨਾਲ ਉਹ ਬਿਜ਼ੀ ਰਹਿਣ, ਅਤੇ ਮਤਲਬ ਉਹਦੇ ਨਾਲ ਉਹਨਾਂ ਦੀ ਗਰੋਥ ਜ਼ਿਆਦਾ ਹੋਵੇ, ਉਹਨਾਂ ਨੂੰ ਟਾਈਮ ਨਾ ਮਿਲੇ ਜ਼ਿਆਦਾ ਐਨਰਜੀ ਨੂੰ ਵੇਸਟ ਕਰਨ ਦਾ, ਉਹਨਾਂ ਵਿੱਚ ਜਿਹੜੀ ਇੰਨੀ ਐਨਰਜੀ ਹੈਗੀ ਹੈ ਉਹਨੂੰ ਪ੍ਰੋਡਕਟਿਵਲੀ ਯੂਟੀਲਾਈਜ਼ ਕਰਨ ਅਤੇ ਕੁਝ ਸਿੱਖਣ। ਔਰ ਬਹੁਤ ਅੱਛਾ ਜਵਾਬ ਦਿੱਤਾ ਮੈਮ ਨੇ। ਆਪਾਂ ਦੂਸਰੀ ਸਾਈਡ ਵੱਲ ਆਉਂਦੇ ਹਾਂ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਪਣਾ ਨਾਮ ਦੱਸ ਦਿਓ। ਹੁਮਾ ਸੰਧੂ। ਹਾਂਜੀ, ਆਈ ਐਮ ਫਰੋਮ ਇੰਗਲਿਸ਼ ਡਿਪਾਰਟਮੈਂਟ ਐਂਡ ਮੈਂ 9th ਅਤੇ 10th ਕਲਾਸਿਸ ਨੂੰ ਪੜ੍ਹਾਉਂਦੀ ਹਾਂ। ਅਤੇ ਮੈਮ ਜਿੱਦਾਂ ਇੱਧਰ ਮੈਮ ਨੇ ਗੱਲ ਕੀਤੀ ਕਿ ਉਹ 4th ਔਰ 5th ਸਟੈਂਡਰਡ ਦੇ ਸਟੂਡੈਂਟਸ ਨੂੰ ਪੜ੍ਹਾਉਂਦੇ ਨੇ, ਅਤੇ ਜਦੋਂ ਗੱਲ 9th ਔਰ 10th ਦੇ ਲੈਵਲ ਦੀ ਆਉਂਦੀ ਹੈ ਉੱਥੇ ਬਹੁਤ ਫਰਕ ਹੁੰਦਾ, ਕਿਉਂਕਿ ਉੱਥੋਂ ਤੱਕ ਬੱਚੇ ਦਾ ਜਿਹੜਾ ਬੇਸ ਹੈਗਾ ਉਹ ਵੀ ਬਹੁਤ ਜ਼ਿਆਦਾ ਡਿਵੈਲਪ ਹੋ ਜਾਂਦਾ, ਉਹਦੀ ਸੋਚ ਆਪਣੇ ਹਿਸਾਬ ਨਾਲ ਚੇਂਜ ਹੁੰਦੀ ਹੈ, ਕਿਉਂਕਿ ਜਦੋਂ ਛੋਟਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਟੀਚਰ ਦਾ ਡਰ ਹੈ, ਥੋੜ੍ਹਾ ਖੌਫ ਹੈ, ਰਿਸਪੈਕਟ ਵੀ ਹੁੰਦੀ ਹੈ, ਅਤੇ ਉੱਥੇ ਜਾ ਕੇ ਜਦੋਂ ਇੰਨਾ ਸਾਲ ਦਾ ਗੈਪ ਪੈ ਜਾਂਦਾ, ਫਿਰ 9th 10th ਵਾਲਾ ਸਟੈਂਡਰਡ ਆਉਂਦਾ, ਉੱਥੇ ਜਾ ਕੇ ਥੋੜ੍ਹਾ ਜਿਹਾ ਬੱਚਾ ਨਹੀਂ ਥੋੜ੍ਹਾ ਨਹੀਂ ਬਹੁਤ ਸਾਰਾ ਚੇਂਜ ਹੋ ਜਾਂਦਾ। ਹਾਂਜੀ, ਦੇਖੀ ਚੈਲੇਂਜਸ ਤਾਂ ਹੈਗੇ ਨੇ ਟੀਚਰਸ ਨੂੰ, ਬਟ ਆਈ ਥਿੰਕ ਅਸੀਂ ਆਪਣੇ DAV ਕੈਂਪਸ 'ਚ ਸਾਰੇ ਟੀਚਰਸ ਜਿਹੜੇ ਨੇ ਅਸੀਂ ਫੁੱਲੀ ਪ੍ਰਿਪੇਅਰ ਹਾਂ, ਚੈਲੇਂਜਸ ਨੂੰ ਫੇਸ ਕਰਦੇ ਹਾਂ ਰੋਜ਼। ਅਤੇ ਸਭ ਤੋਂ ਵੱਡੀ ਗੱਲ ਹੈ, ਐਜ਼ ਅ ਟੀਚਰ ਤੁਸੀਂ ਪਹਿਲਾਂ ਪੋਜ਼ਿਟਿਵ ਜਿਹੜਾ ਹੈ ਅਪਰੋਚ ਲੈ ਕੇ ਤੁਸੀਂ ਕਲਾਸ ਦੇ ਵਿੱਚ ਐਂਟਰ ਕਰੋ, ਕਿਉਂਕਿ ਜੇ ਤੁਸੀਂ ਟੀਚਿੰਗ ਨੂੰ ਸਿਰਫ ਇੱਕ ਸਾਈਡ ਤੋਂ ਦੇਖੋਗੇ, ਯੂ ਹੈਵ ਟੂ ਸੀ ਬੋਥ ਦ ਸਾਈਡਸ, ਐਂਡ ਦਿਸ ਇਜ਼ ਅ ਜੁਆਇੰਟ ਪਾਰਟਨਰਸ਼ਿਪ। ਟੀਚਿੰਗ ਐਂਡ ਲਰਨਿੰਗ ਜਿਹੜੀ ਹੈ ਉਹ ਇੱਕ ਪਾਰਟਨਰਸ਼ਿਪ ਹੈ, ਅਤੇ ਉਹ ਉਦੋਂ ਹੀ ਕਾਮਯਾਬ ਹੋਏਗੀ ਜਦ ਅਸੀਂ ਦੋਵਾਂ ਪਾਸੋਂ
ਅਸੀਂ 100% ਐਕਸਪੈਕਟ ਕਰੀਏ ਟੀਚਰਸ ਇੱਕ ਪੋਜ਼ਿਟਿਵ ਇੱਕ ਅਪਰੋਚ ਰੱਖੇ, ਇੱਕ ਕਮਿਟਿਡ ਹੋਵੇ। ਕਮਿਟਮੈਂਟ ਦੋਵਾਂ ਪਾਸੋਂ ਹੋਣੀ ਬਹੁਤ ਜ਼ਰੂਰੀ ਹੈ। ਬਾਕੀ ਜਿਸ ਤਰ੍ਹਾਂ ਰਿਹਾ ਕਿ ਉਹ ਬਚਪਨਾ ਜਿਹੜਾ ਹੈ ਉਹ ਨਹੀਂ ਜਾਂਦਾ, ਜਿਵੇਂ ਉਹ ਇੱਕ ਬਚਪਨਾ ਉਹ ਇੱਕ ਵੱਡੇ ਦੇ ਵਿੱਚ ਵੀ ਰਹੇਗਾ, ਅਤੇ ਅਸੀਂ ਉਹਨਾਂ ਨੂੰ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਤੁਸੀਂ ਕਹਿ ਲਓ ਪਨਿਸ਼ਮੈਂਟ ਨਹੀਂ, ਬਟ ਇੱਕ ਪੋਜ਼ਿਟਿਵ ਇੱਕ ਰੀਇਨਫੋਰਸਮੈਂਟ ਉਹਨਾਂ ਨੂੰ ਅਸੀਂ ਦੇਈ ਦਈਏ, ਜਿਸ ਕਰਕੇ ਉਹਨਾਂ ਨੂੰ ਅਹਿਸਾਸ ਕਰਵਾਇਆ ਜਾਏ ਕਿ ਸਾਡੀ ਉਹਨਾਂ ਕੋਲ ਐਕਸਪੈਕਟੇਸ਼ਨਸ ਕੀ ਨੇ, ਅਤੇ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਹੈਲਪ ਕਰਨੀ ਹੈ ਕਿ ਉਹ ਸਾਡੀ ਐਕਸਪੈਕਟੇਸ਼ਨਸ ਨੂੰ ਫੁਲਫਿਲ ਕਰ ਸਕਣ। ਜੀ, ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਅੱਛਾ ਤੁਸੀਂ ਜਵਾਬ ਦਿੱਤਾ। ਤੁਸੀਂ ਪਲੀਜ਼ ਮੇਰੇ ਥੋੜ੍ਹਾ ਜਿਹਾ ਇੱਧਰ ਹੋ ਜਾਓ, ਕਿਉਂਕਿ ਇਹ ਮੇਰੇ ਲਈ ਵੀ ਮੇਰੇ ਗੁਰੂ ਨੂੰ ਇਸ ਕਰਕੇ ਇਹਨਾਂ ਦੇ ਪਿੱਛੋਂ ਦੀ ਲੰਘਣਾ ਜ਼ਰੂਰੀ ਹੈ, ਕਿਉਂਕਿ ਕਹਿੰਦੇ ਪਿੱਛੋਂ ਦੇ ਜਿਹੜਾ ਲੰਘ ਜਾਵੇ ਉਹ ਬਹੁਤ ਕੁਛ ਲੈ ਜਾਂਦਾ ਹੈ, ਅੱਗੇ ਉਹਦੀ ਕ੍ਰੋਸ ਨਹੀਂ ਕਰੀਦਾ। ਅੱਗੇ ਵੱਧਦੇ ਮੈਮ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਆਖਦੀ। ਸਤਿ ਸ਼੍ਰੀ ਅਕਾਲ ਜੀ। ਮੈਮ, ਗੱਲ ਹੁਣ ਹੁੰਦੀ ਹੈ ਕਿ ਦੋਨਾਂ ਟੀਚਰਸ ਦੇ ਨਾਲ, ਦੋਨਾਂ ਮੈਮ ਦੇ ਨਾਲ ਆਪਾਂ ਗੱਲ ਕੀਤੀ ਐਜੂਕੇਸ਼ਨ ਰਿਗਾਰਡਿੰਗ, ਪਰ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਉਹਨੇ ਘਰ ਹੈ ਨਾ ਐਜੂਕੇਸ਼ਨ ਦੇਣੀ ਹੁੰਦੀ, ਪ੍ਰਪੇਅਰ ਕਰਨਾ ਹੁੰਦਾ ਐਜ਼ ਏ ਮਦਰ, ਅਤੇ ਉਹ ਹੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦਾ ਸਮਾਂ ਜਿਹੜਾ ਸਕੂਲ ਜਾਂ ਕਾਲਜਿਸ ਦੇ ਵਿੱਚ ਬਿਤਾਉਂਦੀ ਹੈ, ਅਤੇ ਉੱਥੇ ਜਦੋਂ ਟ੍ਰੀਟ ਕਰਨਾ ਹੁੰਦਾ ਦੂਸਰੇ ਸਟੂਡੈਂਟਸ ਦੇ ਨਾਲ, ਅਤੇ ਫਿਰ ਉਹ ਜਿਹੜੀ ਚੇਂਜਿਸ ਜਾਂ ਫਿਰ ਉਹ ਇੱਕ ਟੈਗ ਲਾਈਨ ਹੁੰਦੀ ਹੈ ਕਿ ਹਾਂ ਹੁਣ ਇੱਥੇ ਮੈਂ ਗੁਰੂ ਹਾਂ, ਹੁਣ ਇੱਥੇ ਮੈਂ ਟੀਚਰ ਹਾਂ ਜਾਂ ਪ੍ਰੋਫੈਸਰ ਹਾਂ, ਘਰੇ ਤਾਂ ਮੈਂ ਮਾਂ ਸੀ, ਉੱਥੇ ਸਟ੍ਰਿਕਨੈਸ ਹੁੰਦੀ ਹੈ? ਦੇਖੀ ਜੀ, ਪਹਿਲੇ ਤਾਂ ਟੀਚਰਸ ਰੋਲ ਇਜ਼ ਵੈਰੀ ਇੰਪੋਰਟੈਂਟ, ਐਂਡ ਐਜ਼ ਅ ਪੇਰੈਂਟ, ਪੇਰੈਂਟ ਦਾ ਰੋਲ ਵੀ ਬੜਾ ਇੰਪੋਰਟੈਂਟ ਹੈ ਜਦੋਂ ਬੱਚੇ ਘਰ ਜਾਂਦੇ ਆ, ਲੇਕਿਨ ਟੀਚਰ ਦਾ ਰੋਲ ਆਈ ਸਪੋਜ਼ ਇਟ ਇਜ਼ ਵੈਰੀ ਇੰਪੋਰਟੈਂਟ ਮੋਰ ਦੈਨ ਦਾ ਮਦਰ, ਬਿਕੋਜ਼ ਹਮ ਲੋਕ ਸਾਰਾ ਦਿਨ ਅਸੀਂ ਬੱਚਿਆਂ ਨੂੰ ਜ਼ਿਆਦਾ ਜਾਣਦੇ ਹਾਂ ਕਿ ਅਸੀਂ ਉਹਨਾਂ ਨੂੰ ਕਿਹੜੀ, ਜਿਸਾ ਮੇਰੀ ਫਰੈਂਡ ਹੁਮਾ ਸੰਧੂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਪੋਜ਼ਿਟਿਵ ਸਾਈਡ 'ਤੇ ਲੈ ਕੇ ਜਾਣਾ, ਨੈਗੇਟਿਵ ਸਾਈਡ 'ਤੇ ਨਹੀਂ ਲੈ ਕੇ ਜਾਣਾ, ਔਰ ਬੜੀ ਐਕਟੀਵਿਟੀਜ਼ ਹੈ, ਅਸੀਂ ਉਹਨਾਂ ਦੀ ਕਾਊਂਸਲਿੰਗ ਵੀ ਕਰਨੀ ਹੈ, ਇਟ ਇਜ਼ ਨੋਟ ਨੈਸੈਸਰੀ ਕਿ ਅਸੀਂ ਉਹਨਾਂ ਨੂੰ ਖਾਲੀ ਪੜ੍ਹਾਈ ਦੇ ਤਵੱਜੋ ਦਿੰਦੇ ਹਾਂ, ਅਸੀਂ ਉਹਨਾਂ ਦੀ ਕਾਊਂਸਲਿੰਗ ਵੀ, ਅੱਜ ਕੱਲ੍ਹ ਜੋ ਸਮਾਂ ਚੱਲ ਰਿਹਾ ਉਹਨਾਂ ਦੀ ਕਾਊਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ। ਪੜ੍ਹਾਈ ਸਟਾਰਟ ਹੋਣ ਤੋਂ ਪਹਿਲਾਂ ਹਰ ਟੀਚਰ ਸਾਡੀ ਇੱਕ ਅਟੈਂਪਟ ਕਰਦੀ ਹੈ ਕਿ ਅਸੀਂ 10 ਮਿੰਟ ਬੱਚਿਆਂ ਨੂੰ ਬਿਹੇਵੀਅਰ ਲਈ ਅਸੀਂ ਉਹਨਾਂ ਨੂੰ ਥੋੜ੍ਹਾ ਕਰੀਏ, ਤਾਂ ਕਿ ਦਿਨ ਦੀ ਸ਼ੁਰੂਆਤ ਉਹਨਾਂ ਦੀ ਬੜੀ ਅੱਛੀ ਹੋਵੇ। ਕਾਊਂਸਲਿੰਗ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਬੱਚੇ ਇੰਨੇ ਹਾਈਪਰ ਐਕਟਿਵ ਹੈਗੇ ਕਿ ਉਹਨਾਂ ਦੀ ਕਾਊਂਸਲਿੰਗ ਬਹੁਤ ਜ਼ਰੂਰੀ ਹੈ ਕਿ 10 ਮਿੰਟਸ ਪੜ੍ਹਾਈ 'ਤੇ ਚਲਦੀ ਰਹਿੰਦੀ ਹੈ, ਪਲੱਸ ਟੂ ਤੱਕ ਪੜ੍ਹਾਈ ਬੱਚਿਆਂ ਨੇ ਇੰਝ ਹੀ ਪੜ੍ਹਦੇ ਜਾਣਾ, ਲੇਕਿਨ ਜੋ ਬਿਹੇਵੀਅਰ ਪੈਟਰਨ ਹੈ ਬੱਚੇ ਦਾ, ਦੈਟ ਮੈਟਰਸ ਅ ਲੋਟ ਐਂਡ ਵਿਚ ਕੈਨ ਬੀ ਟੋਟ ਇਨ ਦਾ ਸਕੂਲ ਇਟ ਸੈਲਫ। ਔਰ ਅੱਗੇ ਵੱਧਦੇ ਹਾਂ, ਮੈਮ ਤੁਹਾਡੇ ਵੱਲ ਆਉਂਦੇ ਹਾਂ। ਮੈਮ ਨੇ ਬਹੁਤ ਅੱਛਾ ਜਵਾਬ ਦਿੱਤਾ, ਬਹੁਤ ਵਧੀਆ, ਕਿਉਂਕਿ ਮਦਰ ਔਰ ਟੀਚਰ ਦਾ ਰਿਸ਼ਤਾ ਬਹੁਤ ਡਿਫਰੈਂਟ ਹੁੰਦਾ, ਪਰ ਉਹਦੇ ਵਿੱਚ ਤੇ ਮੁਹੱਬਤ ਓਨੀ ਹੁੰਦੀ, ਕਿਉਂਕਿ ਜਿੰਨੀ ਦੇਰ ਤੱਕ ਆਪਣੇ ਸਕੂਲ ਕਾਲਜਿਸ ਦੇ ਵਿੱਚ ਵੀ ਟੀਚਰਸ ਜਿਹੜੇ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਟ੍ਰੀਟ ਵਧੀਆ ਤਰ੍ਹਾਂ ਨਹੀਂ ਕਰਦੇ, ਅਤੇ ਉਹਨਾਂ ਨੂੰ ਫੀਲ ਨਹੀਂ ਕਰਾਉਂਦੇ ਕਿ ਅਸੀਂ ਤੁਹਾਨੂੰ ਤੁਹਾਡੀਆਂ ਮਾਵਾਂ ਵਾਂਗ ਹੀ ਹਾਂ, ਅਤੇ ਤੁਸੀਂ ਆਪਣੀ ਫਰੈਂਕਲੀ ਸਾਡੇ ਨਾਲ ਗੱਲ ਜਿਹੜੀ ਹੈ ਸ਼ੇਅਰ ਕਰ ਸਕਦੇ, ਕਿਉਂਕਿ ਜਿਹੜਾ ਇਹ ਵਾਲਾ ਟਾਈਮ ਪੀਰੀਅਡ ਹੈਗਾ ਟੀਨ ਏਜ ਜਿਹੜੀ ਹੈ, ਇਹ ਬਹੁਤ ਹੀ ਸੈਂਸਿਟਿਵ ਹੁੰਦੀ ਹੈ, ਮਾਇੰਡ ਸੈਂਸਿਟਿਵ ਹੁੰਦਾ, ਅਤੇ ਸੋਚ ਸਮਝ ਜਿਹੜੀ ਹੈ ਇਹ ਬੱਚੇ ਨੂੰ ਹੁੰਦੀ ਨਹੀਂ, ਜਿੱਧਰ ਨੂੰ ਲਾ ਲਓ ਉੱਧਰ ਨੂੰ ਲੱਗ ਜਾਂਦਾ। ਮੈਂ ਬਿਲਕੁਲ ਐਗਰੀ ਕਰਦੀ ਹਾਂ ਤੁਹਾਡੇ ਪੁਆਇੰਟ ਨਾਲ। ਐਕਚੁਅਲੀ ਟੀਚਰ ਜਿਹੜੇ ਹੈ ਉਹ ਆਪਣੇ ਨਾਲ ਹੀ ਧੋਖਾ ਕਰਦੇ ਆ, ਜੇ ਉਹ ਬੱਚਿਆਂ ਦੇ ਨਾਲ ਇੱਦਾਂ ਦਾ ਥੋੜ੍ਹਾ ਜਿਹਾ ਗੈਪ ਬਣਾ ਕੇ ਰੱਖਦੇ ਨੇ, ਕਿਉਂਕਿ ਬੱਚਾ ਤੁਹਾਡੇ ਸਬਜੈਕਟ ਨੂੰ ਓਪਟ ਵੀ ਤਾਂ ਹੀ ਕਰੇਗਾ ਜੇ ਤੁਸੀਂ ਉਹਦੇ ਨਾਲ ਦਿਲੋਂ ਜੋੜਦੇ ਹੋ, ਉਹਦੇ ਨਾਲ ਫਰੈਂਡਲੀ ਹੁੰਦੇ ਹੋ, ਤਾਂ ਹੀ ਉਹ ਬੱਚਾ ਤੁਹਾਡੇ ਨਜ਼ਦੀਕ ਆਏਗਾ, ਤੁਹਾਨੂੰ ਸਮਝੇਗਾ ਅਤੇ ਤੁਹਾਡੇ ਸਬਜੈਕਟ ਨੂੰ ਸਮਝੇਗਾ। ਅਤੇ ਮੈਮ ਤੁਸੀਂ ਆਪਣਾ ਨਾਮ ਦੱਸ ਦਿਓ, ਅਤੇ ਤੁਸੀਂ ਕਿਹੜਾ ਸਬਜੈਕਟ ਜਿਹੜਾ ਟੀਚ ਕਰਵਾਉਂਦੇ ਹੋ ਸਟੂਡੈਂਟਸ ਨੂੰ? ਮਾਈ ਨੇਮ ਇਜ਼ ਸੁਮਨ ਤਾਰਾ, ਔਰ ਮੈਂ ਪਲੱਸ ਵਨ ਪਲੱਸ ਟੂ ਨੂੰ ਡਾਂਸ ਸਿਖਾਉਂਦੀ ਹਾਂ, ਸਬਜੈਕਟ ਹੈ ਡਾਂਸ, ਅਤੇ ਬੱਚੇ ਮੇਰੇ ਕੋਲ ਓਪਟ ਕਰਦੇ ਆ। ਅਤੇ ਜਦੋਂ ਪੜ੍ਹਾਈ ਦੀ ਗੱਲ ਹੁੰਦੀ ਹੈ, ਪੜ੍ਹਾਈ 10th ਤੱਕ ਮੈਨੂੰ ਲੱਗਦਾ ਕਿ ਬਰਡਨ ਲੱਗਦਾ ਕਿ ਹਾਂ ਕੁਛ, ਕਈ ਵਾਰ ਲੱਗਦਾ ਹੁੰਦਾ ਕਿ ਮਜਬੂਰੀ ਹੈ, ਕਈ ਵਾਰ ਇਹ ਵੀ ਗੁੱਸਾ ਆਉਂਦਾ ਕਿ ਪਤਾ ਨਹੀਂ ਕਿੰਨੇ ਪੜ੍ਹਾਈ ਬਣਾਈਏ, ਪਤਾ ਲੱਗ ਜਾਵੇ, ਅਤੇ ਫਿਰ ਉਹਨੂੰ ਚੰਗੀ ਤਰ੍ਹਾਂ ਦੱਸੀਏ ਕਿ ਬਈ ਲਾਈਫ ਜਿਹੜੀ ਸਟੱਡੀ ਤੋਂ ਬਗੈਰ ਬਹੁਤ ਈਜ਼ੀ ਹੋ ਸਕਦੀ ਹੈ। ਤਾਂ ਜਦੋਂ ਡਾਂਸ ਕਲਾਸਿਸ ਜਾਂ ਮਿਊਜ਼ਿਕ ਕਲਾਸਿਸ ਦੀ ਗੱਲ ਆਉਂਦੀ ਹੈ, ਅਤੇ ਦੂਸਰੀ ਕਲਾਸਿਸ ਨਾਲੋਂ ਉਸ ਕਲਾਸਿਸ ਦੇ ਵਿੱਚ ਜ਼ਿਆਦਾ ਰੌਣਕ ਹੁੰਦੀ ਹੈ, ਸਟੂਡੈਂਟਸ ਜ਼ਿਆਦਾ ਫ੍ਰੀਲੀ ਫੀਲ ਕਰਦੇ ਨੇ? ਫ੍ਰੀਲੀ ਫੀਲ ਤਾਂ ਕਰਦੇ ਆ, ਪਰ ਪਹਿਲੀ ਚੀਜ਼ ਹੈ ਕਿ ਉਹ ਸਬਜੈਕਟ ਓਪਟ ਇਹ ਸੋਚ ਕੇ ਕਰਦੇ ਨੇ ਕਿ ਪ੍ਰੈਕਟੀਕਲ ਸਬਜੈਕਟ ਹੈ, ਮਾਰਕਸ ਜ਼ਿਆਦਾ ਮਿਲਣੇ, ਕੁਛ ਨਹੀਂ ਹੋਏਗਾ, ਮਾਰਕਸ ਮਿਲ ਜਾਣਗੇ। ਬਟ ਉਹ ਜਦੋਂ ਜੁਆਇਨ ਕਰਦੇ ਆ, ਪੜ੍ਹਦੇ ਆ, ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਨਹੀਂ, ਆਹ ਸਬਜੈਕਟ ਵੀ ਜਿਹੜਾ ਜੇ ਪ੍ਰੈਕਟੀਕਲ ਪਾਰਟ ਕਰ ਰਹੇ ਹਾਂ, ਥਿਊਰੀ ਲਈ ਸਾਨੂੰ ਪੜ੍ਹਨਾ ਪਏਗਾ, ਤਾਂ ਹੀ ਅਸੀਂ ਇਹਦੇ 'ਚ ਮਾਰਕਸ ਲੈ ਸਕਦੇ ਹਾਂ। ਸੋ ਟਾਈਮ ਲੱਗਦਾ ਉਹਨਾਂ ਨੂੰ ਥੋੜ੍ਹਾ ਜੁੜਦੇ ਆ, ਅਦਰਵਾਈਜ਼ ਤਾਂ ਉਹ ਸੋਚ ਕੇ ਤਾਂ ਇਹੀ ਆਉਂਦੇ ਕਿ ਮਿਊਜ਼ਿਕ ਡਾਂਸ ਹੈ, ਕੋਈ ਨਾ ਅਸੀਂ ਗਾ ਕੇ ਜਾਂ ਡਾਂਸ ਕਰਕੇ ਹੀ ਬਾਹਰ ਆ ਜਾਣਾ, ਕੋਈ ਫਰਕ ਨਹੀਂ ਪੈਂਦਾ। ਜੀ, ਬਹੁਤ ਬਹੁਤ ਧੰਨਵਾਦ। ਮੈਮ ਤੁਸੀਂ ਵੀ ਥੋੜ੍ਹਾ ਜਿਹਾ ਅੱਗੇ ਨੂੰ ਆ ਜਾਓ, ਤੁਸੀਂ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਅਨੁਪਮਾ ਹੈ, ਅਤੇ ਮੈਂ ਮੈਥਮੈਟਿਕਸ ਡਿਪਾਰਟਮੈਂਟ 'ਚੋਂ ਹਾਂ।
ਮੈਥਮੈਟਿਕਸ ਵੈਸੇ ਪੈਸਿਆਂ ਦਾ ਜੇ ਹਿਸਾਬ ਕਿਤਾਬ ਲਾਉਣਾ ਹੋਵੇ ਤਾਂ ਬਹੁਤ ਵਧੀਆ ਲੱਗ ਜਾਂਦਾ, ਪਰ ਜਦੋਂ ਮੈਥ ਦੀ ਗੱਲ ਆਉਂਦੀ ਹੋਵੇ ਔਰ ਜਿਹੜੇ ਮੇਰੇ ਵਰਗੇ ਸਟੂਡੈਂਟਸ ਨੂੰ ਮੈਥ ਦੇ ਵਿੱਚ ਵੀਕ ਆਉਣ ਤਾਂ ਸੋਚੀਦਾ ਕਿ ਜਿਹੜੇ 33% ਨੰਬਰ ਆ ਜਾਣ ਤਾਂ ਚਲੋ ਪਾਸ ਹੋ ਜਾਣਾ, ਬਾਕੀਆਂ 'ਚ ਤਾਂ ਬਹੁਤ ਵਧੀਆ ਨੰਬਰ ਲਏ ਹੋਏ ਨੇ। ਅਤੇ ਮੈਮ ਤੁਹਾਡੀ ਕਿੰਨੀ ਪਰਸੈਂਟੇਜ ਰਹੀ ਹੈ ਮੈਥ ਦੇ ਵਿੱਚ ਔਰ ਕਿਹੜੀ ਸਟੱਡੀ ਕੀਤੀ ਹੈ ਤੁਸੀਂ? ਮਤਲਬ MSc ਮੈਥ ਕੀਤੀ ਹੈ ਫਸਟ ਡਿਵੀਜ਼ਨ। ਅਤੇ ਜਿਹੜੇ ਬੱਚਿਆਂ ਨੂੰ ਮੈਥ ਦੀ ਸਮਝ ਨਹੀਂ ਆਉਂਦੀ ਹੈ ਨਾ, ਕਿਉਂਕਿ ਇਹਦੇ ਵਿੱਚ ਫਾਰਮੂਲਾਜ਼ ਬਹੁਤ ਹੁੰਦੇ ਨੇ, ਕਨਫਿਊਜ਼ ਹੋ ਜਾਂਦੇ ਆ, ਔਰ ਮੈਥ ਦੇ ਵੀ ਮੈਨੂੰ ਵੀ ਸ਼ਾਇਦ ਯਾਦ ਭੁੱਲ ਗਿਆ, ਫਾਰਮੂਲਾਜ਼ ਇੱਦਾਂ ਦੇ ਹੁੰਦੇ ਸੀ ਕਿ ਕਨਫਿਊਜ਼ ਹੋ ਜਾਣਾ, ਜਦੋਂ ਟੀਚਰ ਨੇ ਬਲੈਕ ਬੋਰਡ 'ਤੇ ਲਿਖਣਾ ਉਦੋਂ ਲੱਗਣਾ ਕਿ ਨਹੀਂ ਬਹੁਤ ਈਜ਼ੀ ਹੈ, ਪਰ ਜਦੋਂ ਉਹੀ ਚੀਜ਼ ਨੂੰ ਸਟੱਡੀ ਕਰਨੀ ਹੈ, ਦਿਮਾਗ ਦੇ ਵਿੱਚ ਰੱਖਣਾ ਅਤੇ ਬਾਅਦ ਵਿੱਚ ਫਾਈਨਲ ਇਗਜ਼ਾਮਸ 'ਤੇ ਪੇਪਰ ਸ਼ੀਟ 'ਤੇ ਲਿਖਣਾ, ਤਾਂ ਉਦੋਂ ਪਤਾ ਨਹੀਂ ਲੱਗਣਾ ਕਿੱਥੇ ਗਿਆ ਸਭ ਕੁਝ। ਅਤੇ ਅਸੀਂ DAV 'ਚ ਇਹ ਕੋਸ਼ਿਸ਼ ਕਰੀ ਦੀ ਹੈ ਕਿ ਬੱਚਿਆਂ ਨੂੰ ਐਕਟੀਵਿਟੀਜ਼ ਦੇ ਥਰੂ ਇੰਨਾ ਈਜ਼ੀਲੀ ਤਰੀਕੇ ਨਾਲ ਸਮਝਾਇਆ ਜਾਏ ਕਿ ਉਹ ਜਿਹੜੀਆਂ, ਕਿਉਂਕਿ ਮੈਂ ਪੜ੍ਹਾਉਂਦੀ ਪਈ ਹਾਂ ਫਿਫਥ ਅਤੇ ਸਿਕਸਥ ਸਟੈਂਡਰਡ ਨੂੰ, ਉੱਥੇ ਸਾਰਾ ਮੈਥ ਜਿਹੜਾ ਹੈਗਾ ਉਹ ਬੇਸਿਕ ਲੈਵਲ ਦਾ ਹੈਗਾ, ਅਤੇ ਅਸੀਂ ਐਕਟੀਵਿਟੀਜ਼ ਦੇ ਥਰੂ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਮੈਥਮੈਟਿਕਸ ਜਿਸ ਤਰ੍ਹਾਂ ਮਲਟੀਪਲੀਕੇਸ਼ਨ, ਐਡੀਸ਼ਨ, ਇਹ ਬੇਸਿਕ ਕੋਨਸੈਪਟ ਜਿਹੜੇ ਹੈਗੇ ਉਹਨਾਂ ਦੇ, ਉਹ ਇੰਨੇ ਸਟਰੋਂਗ ਹੋ ਜਾਣ ਅਤੇ ਉਹਨਾਂ ਨੂੰ ਹਾਇਰ ਕਲਾਸਿਸ ਜਾ ਕੇ ਬਿਲਕੁਲ ਵੀ ਮੁਸ਼ਕਿਲ ਨਾ ਹੋਏ, ਅਤੇ ਸਾਰੇ ਕੋਨਸੈਪਟ ਨੂੰ ਬੜੇ ਈਜ਼ੀਲੀ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਉਹਨਾਂ ਨੂੰ, ਤਾਂ ਕਿ ਬੜੇ ਈਜ਼ੀਲੀ ਉਹ ਕਨਸੀਵ ਕਰਦੇ ਹੈ। ਜੇ ਕੁਛ ਬੱਚਿਆਂ ਨੂੰ ਨਹੀਂ ਸਮਝ ਆਉਂਦਾ ਤਾਂ ਫਿਰ ਉਹਨਾਂ ਲਈ ਅਸੀਂ ਸਪੈਸ਼ਲ ਫਿਰ ਕਲਾਸਿਸ ਲੈ ਕੇ ਉਹਨਾਂ ਨੂੰ ਫਿਰ ਐਕਸਪਲੇਨ ਕਰਦੇ, ਜਿਸ ਨਾਲ ਉਹਨਾਂ ਦਾ, ਕਿਉਂਕਿ ਇਹ ਬੇਸ ਹੈਗਾ ਮੈਥ ਦਾ, ਇਸ ਵੇਲੇ ਅਗਰ ਉਹਨਾਂ ਦਾ ਬੇਸ ਅਗਰ ਸਟਰੋਂਗ ਨਹੀਂ ਹੋਇਆ, ਹਾਂ, ਇਹ ਜਿੰਨੇ ਵੀ ਫਾਰਮੂਲਾਸ ਫਿਫਥ ਸਿਕਸਥ ਕਰਦੇ ਹੈ ਉਹ ਸਾਰੇ ਟੈਂਥ ਤੱਕ ਤਾਂ ਯੂਜ਼ ਹੋਣੇ ਹੈ, ਅਤੇ ਨਾਲ ਨਾਲ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਸਮਝਾਈਦਾ ਹੈ ਕਿ ਤੁਸੀਂ ਟੈਂਥ ਤੱਕ ਤਾਂ ਮੈਥਸ ਕਰਨਾ ਹੀ ਕਰਨਾ ਹੈ, ਅਤੇ ਜਿਹੜਾ ਕੰਮ ਕਰਨਾ ਹੀ ਕਰਨਾ ਹੈ ਉਹ ਤੁਸੀਂ ਖੁਸ਼ੀ ਨਾਲ ਅਤੇ ਅੱਛੀ ਤਰ੍ਹਾਂ ਸਮਝ ਕੇ ਕਰੋ ਤਾਂ ਤੁਹਾਡੇ ਲਈ ਹੋਰ ਚੰਗਾ ਹੈ। ਓਕੇ ਜੀ ਮੈਮ, ਤੁਸੀਂ ਮੈਥ ਟੀਚਰਸ ਨਾ ਹੁੰਦੇ ਫਿਰ ਕੀ ਹੁੰਦੇ? ਹੋਪਫੁਲੀ ਇੰਗਲਿਸ਼। ਠੀਕ ਹੈ ਜੀ, ਫੋਰ ਦੈਟ ਬਹੁਤ ਬਹੁਤ ਧੰਨਵਾਦ। ਅੱਗੇ ਵੱਧਦੇ ਹਾਂ ਮੈਮ, ਤੁਸੀਂ ਥੋੜ੍ਹਾ ਅੱਗੇ ਆ ਜਾਓ, ਸਭ ਤੋਂ ਸੀਨੀਅਰ ਟੀਚਰ ਮੈਨੂੰ ਲੱਗਦੇ ਆ ਅਕੋਰਡਿੰਗ ਟੂ ਉਮਰ, ਕਿਹਾ ਮੈਂ ਏਜ ਅਕੋਰਡਿੰਗ, ਕਿਉਂਕਿ ਜਦੋਂ ਇੱਦਾਂ ਦੇ ਸਵਾਣੀਆਂ ਦੇ ਨਾਲ, ਔਰਤਾਂ ਦੇ ਨਾਲ ਮੈਂ ਖੜੀ ਹੁੰਦੀ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਮੈਂ ਆਪਣੇ ਮਦਰ ਦੇ ਨਾਲ ਹੀ ਗੱਲ ਕਰ ਰਹੀ ਹਾਂ, ਸੋ ਬੜਾ ਰਿਲੈਕਸ ਜਿਹਾ ਫੀਲ ਹੁੰਦਾ। ਮੈਮ ਸਤਿ ਸ਼੍ਰੀ ਅਕਾਲ। ਸੀਗਾ ਮੈਂ ਸਪੋਰਟਸ ਟੀਚਰ ਹੂੰ। ਸਪੋਰਟਸ ਟੀਚਰ, ਠੀਕ ਹੈ ਮੈਮ। ਅਤੇ ਤੁਹਾਨੂੰ ਕੀ ਲੱਗਦਾ ਕਿ ਸਪੋਰਟਸ ਜਿਹੜਾ ਉਹਦੇ ਵਿੱਚ ਹੁਣ ਦੇ ਸਮੇਂ ਦੇ ਵਿੱਚ ਹੁਣ ਦੇ ਜਿਹੜੇ ਬੱਚੇ ਨੇ ਉਹ ਜ਼ਿਆਦਾ ਲਾਈਕ ਕਰਦੇ ਨੇ ਔਰ ਇਹਦੇ ਵਿੱਚ ਜ਼ਿਆਦਾ ਆਉਣਾ ਪਸੰਦ ਕਰਦੇ ਨੇ, ਔਰ ਜਦੋਂ ਆਪਾਂ ਜੋਬਸ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਜ਼ਿਆਦਾ ਓਪਰਚੁਨਿਟੀਜ਼ ਨੇ? ਅੱਜ ਕੱਲ੍ਹ ਵੈਸੇ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਸਟੱਡੀ ਦੇ ਬੇਸ 'ਤੇ, ਅਤੇ ਬੱਚੇ ਥੋੜ੍ਹਾ ਮਤਲਬ ਘੱਟ ਧਿਆਨ ਦਿੰਦੇ ਨੇ, ਬਟ ਇਹ ਹੈ ਕਿ ਫਿਜ਼ੀਕਲ ਐਜੂਕੇਸ਼ਨ ਦੇ ਐਸਾ ਸਬਜੈਕਟ ਹੈ ਕਿ ਜਿਹਦੇ ਨਾਲ ਬੱਚਿਆਂ ਨੂੰ ਰੀਕ੍ਰੀਏਸ਼ਨ ਵਗੈਰਾ ਅਸੀਂ ਕਰਵਾਉਂਦੇ ਹਾਂ, ਜਿਹਦੇ ਨਾਲ ਉਹ ਸਾਰੀ ਦਿਨ ਕਲਾਸ 'ਚ ਬੋਰ ਹੋ ਜਾਂਦੇ ਆ ਅਤੇ ਫਿਜ਼ੀਕਲ ਬਾਹਰ ਜਾਂਦੇ ਆ, ਥੋੜ੍ਹਾ ਇੰਜੋਏ ਕਰਦੇ ਆ ਅਤੇ ਬੱਚੇ ਇੰਜੋਏ ਕਰਦੇ ਆ। ਸਾਰਾ ਵੀਕਿੰਗ ਵੇਟ ਕਰਦੇ ਹਾਂ ਕਿ ਸਪੋਰਟਸ, ਅੱਜ ਸਪੋਰਟਸ ਪੀਰੀਅਡ ਹੈ ਤਾਂ ਸਾਰੀ ਥਕਾਵਟ ਉਤਰ ਜਾਂਦੀ ਹੈ ਉਨਕੇ। ਲੇਕਿਨ ਮੈਮ ਜਦੋਂ ਇੱਕ ਸਬਜੈਕਟ ਹੁੰਦਾ ਕਿ ਸਟੱਡੀ ਦੇ ਨਾਲ ਨਾਲ ਇੱਕ ਐਕਸਟਰਾ ਸਬਜੈਕਟ ਲਿਆ ਜਾਂਦਾ ਸਟੱਡੀ ਦੇ, ਜਾਂ ਫਿਰ ਫਿਜ਼ੀਕਲ ਜਿਹੜਾ ਸਬਜੈਕਟ ਹੁੰਦਾ ਫਿਜ਼ੀਕਲ ਨਾਲ ਰਿਲੇਟਡ, ਪਰ ਉਸ ਤੋਂ ਇਲਾਵਾ ਇੱਕ ਹੁੰਦਾ ਕਿ ਜਿਹੜੇ ਸਪੋਰਟਸ ਨਾਲ ਹੀ ਜੁੜੇ ਹੁੰਦੇ ਨੇ, ਉਹਨਾਂ ਨੇ ਸਾਰਾ ਦਿਨ ਸਪੋਰਟਸ ਹੀ ਕਰਨੀ ਹੈ, ਸਕੂਲ ਲਈ ਕਾਲਜਿਸ ਲਈ ਖੇਡਦੇ ਨੇ, ਅਤੇ ਉਹਨਾਂ ਨੂੰ ਬਾਕੀ ਕਲਾਸਿਸ ਲਗਾਉਣ ਦੇ ਵਿੱਚ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਇੰਟਰਸਟ ਨਹੀਂ ਹੁੰਦਾ, ਰੁਚੀ ਨਹੀਂ ਹੁੰਦੀ, ਤਾਂ ਫਿਰ ਉਹਨਾਂ ਦੀ ਜਦੋਂ ਫਾਈਨਲ ਇਗਜ਼ਾਮਸ ਹੁੰਦੇ ਨੇ ਤਾਂ ਫਿਰ ਕਿੱਦਾਂ ਮਤਲਬ ਰਿਕਵਰ ਕਰਦੇ ਨੇ? ਫਸਟ 1:30 ਸਾਡੀ ਮਾਰਨਿੰਗ ਐਕਟੀਵਿਟੀ ਹੁੰਦੀ ਆ, ਬੱਚੇ ਉਹਦੇ 'ਚ ਆਉਂਦੇ ਨੇ, ਉਹਦੇ 'ਚ ਸਾਰੇ ਸਾਡੀ ਗੇਮਸ ਹੁੰਦੀਆਂ ਨੇ, ਜਦੋਂ ਟੂਰਨਾਮੈਂਟਸ ਹੁੰਦੇ ਟੀਚਰ ਸਾਡੇ ਨਾਲ ਬੜਾ ਕੋਪਰੇਟ ਕਰਦੇ ਨੇ ਕਿ ਉਹ ਬੱਚਿਆਂ ਨੂੰ ਬਾਅਦ 'ਚੋਂ ਸਾਰਾ ਸਿਲੇਬਸ ਵਗੈਰਾ ਕਵਰ ਕਰਵਾਉਂਦੇ ਨੇ, ਅਤੇ ਬੱਚਿਆਂ ਨੂੰ ਕੋਈ ਫਰਕ। ਕਿਹੜੇ ਕਿਹੜੇ ਐਕਟੀਵਿਟੀਜ਼, ਕਿਹੜੇ ਕਿਹੜੇ ਗੇਮਸ ਨੇ? ਆਲ ਗੇਮਸ ਹੈ ਹਮਾਰੀ, ਹਾਕੀ ਹੈ, ਬਾਸਕਿਟਬਾਲ ਹੈ, ਕ੍ਰਿਕਟ ਹੈ, ਵਾਲੀਬਾਲ ਹੈ, ਟੇਬਲ ਟੈਨਿਸ ਹੈ, ਲੋਨ ਟੈਨਿਸ ਹੈ, ਸਵਿਮਿੰਗ ਹੈ, ਬਹੁਤ ਸਾਰੀ ਗੇਮਸ ਹੈ ਹਮਾਰੀ, ਸਕੇਟਿੰਗ ਵੀ ਹੈ, ਫਾਈਨ ਆਰਟਸ, ਡਾਂਸ, ਮਿਊਜ਼ਿਕ। ਕਿਹੜੇ ਕਿਹੜੇ ਬੱਚੇ ਜਿਹੜੇ ਵਧੀਆ ਪੁਲਾਂਘਾਂ ਪੱਟ ਕੇ ਜਿਨ੍ਹਾਂ ਨੇ DAV ਸਕੂਲ ਦਾ ਨਾਮ ਜਿਹੜਾ ਰੋਸ਼ਨ ਕੀਤਾ? ਹਮਾਰੇ ਟੈਨਿਸ ਕੇ ਬੱਚੇ ਬਹੁਤ ਅੱਛੇ ਹੈ, ਬੈਡਮਿੰਟਨ ਕੇ ਵੀ ਬਹੁਤ ਅੱਛੇ ਬੱਚੇ ਹੈ ਕਿ ਜਿਨ੍ਹਾਂ ਨੇ ਨੈਸ਼ਨਲ ਲੈਵਲ 'ਤੇ ਕਿ ਉਹਨਾਂ ਨੇ ਪਾਰਟੀਸਪੇਟ ਕੀਤਾ ਹੋਇਆ, ਈਵਨ ਕਿ ਇੰਟਰਨੈਸ਼ਨਲ ਵੀ ਆ, ਹਮਾਰੇ ਕਰਾਟੇ ਕੇ 2-3 ਬੱਚੇ ਹੈ। ਅਤੇ ਮੈਮ ਜਦੋਂ ਤੁਹਾਡੇ ਸਕੂਲ ਟਾਈਮ ਦੀ ਗੱਲ ਕਰੀਏ, ਤੁਸੀਂ ਜਦੋਂ ਟੀਨੇਜਰ ਸੀਗੇ ਉਸ ਤੋਂ ਬਾਅਦ ਹੈ ਨਾ ਨੈਕਸਟ ਜਿਹੜਾ ਪਾਇਦਾਨ ਤੁਹਾਡਾ ਸਟੈਪ ਬਾਏ ਸਟੈਪ ਤੁਸੀਂ ਚੱਲਦੇ ਗਏ, ਤੁਹਾਡੀ ਸਟੱਡੀ ਨੂੰ ਲੈ ਕੇ ਉਸ ਸਮੇਂ ਦੀ ਸਟੱਡੀ ਔਰ ਹੁਣ ਦੀ ਸਟੱਡੀ ਕੀ ਫਰਕ ਹੈ? ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਬੱਚਿਆਂ 'ਚ, ਅਤੇ ਉਹਦੇ ਕਾਰਨ ਥੋੜ੍ਹਾ ਜਿਹਾ ਸਪੋਰਟਸ ਵੱਲ ਬੱਚਿਆਂ ਦਾ ਰੁਝਾਨ ਜਿਹੜਾ ਘੱਟ ਗਿਆ ਹੈਗਾ, ਪਰ ਅਸੀਂ ਫਿਰ ਵੀ ਇੰਨਾ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਮੋਟੀਵੇਟ ਕਰਕੇ ਕਿ ਸਪੋਰਟਸ ਵੱਲ ਲੈ ਕੇ ਜਾਏ, ਕਿ ਸਕੂਲ ਨੂੰ ਥੋੜ੍ਹਾ ਅਚੀਵਮੈਂਟ ਮਿਲ ਹੋਣੀ ਚਾਹੀਦੀ ਹੈ। ਥੈਂਕ ਯੂ ਮੈਮ। ਔਰ ਗੱਲਬਾਤ ਕੀਤੀ DAV ਸਕੂਲ ਲਾਰੈਂਸ ਰੋਡ 'ਤੇ, ਜਿਹੜੇ ਟੀਚਰਸ ਬਿਹਤਰੀਨ ਤਰੀਕੇ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਆਪਣੀ ਪੂਰੀ ਲਗਨ, ਕੋਸ਼ਿਸ਼, ਮਿਹਨਤ ਦੇ ਨਾਲ ਪੜ੍ਹਾਉਂਦੇ ਨੇ, ਤਾਂ ਕਿ ਆਉਣ ਵਾਲਾ ਸਮਾਂ ਸੁਖੱਲਾ ਹੋਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਲੱਗੇ ਕਿ ਜਿਹੜੇ ਸਕੂਲ, ਜਿਹੜੇ ਕਾਲਜਿਸ ਤੋਂ ਅਸੀਂ ਪੜ੍ਹੇ ਹਾਂ, ਜਦੋਂ ਕਿਤੇ
ਇਹਨਾਂ ਅਧਿਆਪਕਾਂ ਨੂੰ ਮਿਲਣ, ਇਹਨਾਂ ਦਾ ਵੀ ਸਿਰ ਫਕਰ ਦੇ ਨਾਲ ਉੱਚਾ ਹੋਵੇ ਅਤੇ ਉਹ ਵੀ ਬੱਚੇ ਜਿਨ੍ਹਾਂ ਨੇ ਇਹਨਾਂ ਕੋਲ ਸਟੱਡੀ ਲਈ ਹੈ, ਐਜੂਕੇਸ਼ਨ ਲਈ ਹੈ, ਅਤੇ ਉਹ ਕਿਸੇ ਅੱਛੇ ਮੁਕਾਮ 'ਤੇ ਕਿਸੇ ਅੱਛੀ ਪੋਸਟ 'ਤੇ ਬੈਠੇ ਹੋਏ ਨੇ, ਔਰ ਜਦੋਂ ਇਹਨਾਂ ਨੂੰ ਮਿਲਦੇ ਨੇ ਰਸਤੇ ਦੇ ਵਿੱਚ ਇਹਨਾਂ ਦੇ ਚਰਨ ਸਪਰਸ਼ ਕਰਨ, ਉਹਨਾਂ ਨੂੰ ਵੀ ਮਾਣ ਮਹਿਸੂਸ ਹੋਵੇ ਅਤੇ ਫਕਰ ਇਹਨਾਂ ਨੂੰ ਵੀ ਮਹਿਸੂਸ ਹੋਵੇ। ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਅਧਿਆਪਕਾਂ ਦੇ ਨਾਲ ਗੱਲਬਾਤ ਕਰਾਂਗੀ ਜੀ, ਪਰ ਉਸ ਤੋਂ ਪਹਿਲੇ ਛੋਟਾ ਜਿਹਾ ਬ੍ਰੇਕ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07702748906 ਤੇ। ਸਿੱਖਿਆ ਸਿਖਲਾਈ ਵਿਦਿਆ ਵਧਾਈ, ਗਿਆਨ ਸਾਗਰ ਔਰ ਉਹ ਸਿੱਖਿਆ ਜਿਹੜੀ ਸਾਨੂੰ ਦਿਨ ਬ ਦਿਨ ਹੋਰ ਬਿਹਤਰੀਨ ਹੋਰ ਪਰਫੈਕਟ ਬਣਾਉਂਦੀ ਹੈ। ਅਤੇ ਜ਼ਿੰਦਗੀ ਦੇ ਵਿੱਚ ਕਿਸੇ ਮੁਕਾਮ 'ਤੇ ਜਾ ਕੇ ਸਾਨੂੰ ਲੱਗਦਾ ਕਿ ਜੇ ਉਸ ਟਾਈਮ ਦੇ ਵਿੱਚ ਅਸੀਂ ਸ਼ਾਇਦ ਥੋੜ੍ਹੀ ਜਿਹੀ ਹੋਰ ਮਿਹਨਤ ਕੀਤੀ ਹੁੰਦੀ, ਥੋੜ੍ਹਾ ਜਿਹਾ ਹੋਰ ਸੀਰੀਅਸ ਹੋ ਕੇ ਪੜ੍ਹੇ ਹੁੰਦੇ ਅਤੇ ਅੱਜ ਸ਼ਾਇਦ ਅਸੀਂ ਇਸ ਤੋਂ ਵੀ ਬਹੁਤ ਬੈਟਰ ਜਾਂ ਬਹੁਤ ਬਿਹਤਰੀਨ ਹੋਣਾ ਸੀਗਾ। ਪ੍ਰੋਗਰਾਮ ਟੂਡੇ ਵੂਮਨਸ ਦੇ ਵਿੱਚ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੈਂ ਫਿਰ ਤੋਂ ਤੁਹਾਡੇ ਰੂਬਰੂ ਔਰ ਗੱਲਬਾਤ ਕਰ ਰਹੇ ਸੀ DAV ਸਕੂਲ ਦੇ ਅਧਿਆਪਕਾਂ ਦੇ ਨਾਲ। ਹਾਂਜੀ ਮੈਮ, ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਿੰਦਰ ਆ ਅਤੇ ਮੈਂ DAV ਪਬਲਿਕ ਸਕੂਲ ਲਾਰੈਂਸ ਰੋਡ 'ਚ ਸਾਇੰਸ ਦੀ ਟੀਚਰ ਹਾਂ, 9th-10th ਸਟੈਂਡਰਡ 'ਚ ਸਾਇੰਸ ਦੀ ਟੀਚਰ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਥ, ਅੰਗਰੇਜ਼ੀ ਅਤੇ ਸਾਇੰਸ ਉਸ ਸਮੇਂ ਦੇ ਵਿੱਚ ਸਮਝ ਨਹੀਂ ਸੀ ਆਉਂਦੀ ਹੁੰਦੀ, ਕਿਉਂਕਿ ਜਦੋਂ 4th-5th ਸਟੈਂਡਰਡ ਦੇ ਵਿੱਚ ਹੋਈਦਾ ਸੀ ਨਾ ਤਾਂ ਲੱਗਣਾ ਕਿ ਪਤਾ ਨਹੀਂ ਟੀਚਰ ਕਿਹੜੀ ਬੂਟੀ ਪੀਂਦੇ ਆ, ਹੈ ਨਾ, ਵੀ ਇਹਨਾਂ ਨੂੰ ਇੰਨਾ ਹਰ ਚੀਜ਼ ਪਤਾ ਹੁੰਦੀ ਹੈ, ਮਤਲਬ ਕਨਫਿਊਜ਼ ਰਹੀਦਾ ਸੀ, ਹੌਚ ਪੌਚ ਰਹੀਦਾ ਸੀ। ਪਰ ਸਮੇਂ ਦੇ ਬਦਲਣ ਦੇ ਨਾਲ ਨਾਲ ਲੱਗਾ ਕਿ ਨਹੀਂ, ਉਹ ਵਾਕਈ ਉਦੋਂ ਜੋ ਕੁਛ ਵੀ ਸਾਡੇ ਦਿਮਾਗ ਦੇ ਵਿੱਚ ਪਾਉਂਦੇ ਹੁੰਦੇ ਸੀ ਉਹ ਮਤਲਬ ਗਾਂਹ ਵਾਲੇ ਸਮੇਂ ਦੇ ਵਿੱਚ ਬਹੁਤ ਅੱਛਾ ਸੀਗਾ। ਨਹੀਂ ਓਬਵੀਅਸਲੀ, ਹਾਂਜੀ, ਜੇ ਅਸੀਂ ਕਲਾਸ 'ਚ ਅੱਛੀ ਤਰ੍ਹਾਂ ਸੁਣਾਂਗੇ, ਗੱਲ ਇੱਥੇ ਵੀ ਆਉਂਦੀ ਹੈ ਕਿ ਇੱਕ ਟੀਚਰ ਕਿੱਦਾਂ ਆਪਣੇ ਆਪ ਨੂੰ ਪ੍ਰੈਜੈਂਟ ਕਰਦਾ ਕਲਾਸ 'ਚ, ਜੇ ਉਹਦਾ ਰਿਲੇਸ਼ਨਸ਼ਿਪ ਉਸ ਕਲਾਸ ਦੇ ਸਟੂਡੈਂਟਸ ਦੇ ਨਾਲ ਮਤਲਬ ਬਹੁਤ ਜ਼ਿਆਦਾ, ਜੇ ਕਹਿ ਲਓ ਕਿ ਬਹੁਤ ਜ਼ਿਆਦਾ ਹਾਰਡ ਟਾਈਪ ਹੋਊਗਾ, ਉਹ ਇੰਨਾ ਜ਼ਿਆਦਾ ਨਹੀਂ ਫ੍ਰੀ ਹੋ ਪਾਊਗਾ, ਬੱਚਾ ਉਸ ਸਬਜੈਕਟ ਨੂੰ ਉੰਨਾ ਜ਼ਿਆਦਾ ਲਾਈਕਿੰਗ ਨਹੀਂ ਕਰ ਦੇ ਪਾਊਗਾ ਨਾ। ਜੇ ਤੁਸੀਂ ਜਾ ਕੇ ਥੋੜ੍ਹਾ ਜਿਹਾ ਟਾਈਮ ਬੱਚਿਆਂ ਨਾਲ ਇੱਦਾਂ ਮਤਲਬ ਉਹਨਾਂ ਨੂੰ ਫੀਲ ਕਰਾਓਗੇ ਕਿ ਨਹੀਂ, ਟੀਚਿੰਗ ਇਜ਼ ਅ ਪਾਰਟ, ਪਰ ਉਹਦੇ ਨਾਲ ਨਾਲ ਮੈਂ ਐਜ਼ ਅ ਫਰੈਂਡ ਵੀ ਹਾਂ, ਤੁਹਾਨੂੰ ਜੇ ਕੋਈ ਪ੍ਰੋਬਲਮ ਆ ਕੁਛ ਆ ਤੁਸੀਂ ਮੇਰੇ ਕੋਲ ਆ ਸਕਦੇ ਆ, ਕਿਉਂਕਿ ਸਾਇੰਸ ਇੱਕ ਇੱਦਾਂ ਦਾ ਸਬਜੈਕਟ ਆ, ਜਿੱਦਾਂ ਮੈਂ ਬਾਇਓਲੋਜੀ ਪੜ੍ਹਾਉਂਦੀ ਹਾਂ ਨਾ, ਮੈਂ ਤਾਂ ਬੋਡੀ ਦੇ ਬਾਰੇ ਸਾਰਾ ਕੁਛ, ਪਲਾਂਟਸ ਐਨੀਮਲ ਬਾਰੇ ਨਾ, ਲਾਈਫ ਦੇ ਬਾਰੇ ਅਸੀਂ ਗੱਲ ਕਰਨੀ ਆ। ਜੇ ਮੇਰੀ ਕਲਾਸ 'ਚ ਹੀ ਲਾਈਫ ਡਲ ਹੋਈ, ਬਹੁਤ ਬੱਚਾ ਡਰ ਕੇ ਸੁਣ ਰਿਹਾ, ਉਹਨੂੰ ਲੱਗ ਰਿਹਾ ਨਹੀਂ ਮੈਮ ਨੇ ਬੋਲਿਆ ਬਿਲਕੁਲ ਸਿੱਧੇ ਹੋ ਕੇ ਬੈਠਣਾ, ਨਥਿੰਗ ਲਾਈਕ ਦੈਟ, ਇੱਦਾਂ ਨਹੀਂ ਆ। ਜੇ ਬੱਚੇ ਨੂੰ ਠੀਕ ਆ, ਅਸੀਂ 7 ਪੀਰੀਅਡਸ 'ਚ ਬੱਚਿਆਂ ਨੂੰ ਬਿਠਾ ਕੇ ਰੱਖਣਾ, ਥਰੂ ਆਊਟ ਪੀਰੀਅਡ ਬੱਚਾ ਇੱਕਦਮ ਸਟ੍ਰੇਟ ਹੋ ਕੇ ਨਹੀਂ ਬੈਠ ਸਕਦਾ, ਥੋੜ੍ਹਾ ਜਿਹਾ ਸਾਨੂੰ ਵੀ ਹੋਣਾ ਪੈਣਾ, ਥੋੜ੍ਹਾ ਜਿਹਾ ਲਾਈਟ ਥੋੜ੍ਹਾ ਛੱਡਣਾ ਪੈਣਾ ਬੱਚਿਆਂ ਨੂੰ ਕਿ ਠੀਕ ਆ, ਉਹ ਵੀ ਆਪਣਾ ਮੂਮੈਂਟ ਲੈ ਸਕਦੇ ਆ ਕਿ ਥੋੜ੍ਹਾ ਰਿਲੈਕਸ ਹੋ ਕੇ। ਜੇ ਕਲਾਸ 'ਚ ਐਟਮੋਸਫੇਅਰ ਲਾਈਵ ਹੋਊਗਾ, ਲਾਈਟ ਹੋਊਗਾ, ਤਾਂ ਬੱਚੇ ਈਜ਼ੀਲੀ ਕਨਸੈਪਟ ਨੂੰ ਗੇਨ ਕਰ ਪਾਵਾਂਗੇ ਨਾ। ਅਤੇ ਮੈਂ ਜਿਹੜੇ ਇੰਗਲਿਸ਼ ਵਾਲੀਆਂ ਮੈਥਸ ਵਾਲੇ ਟੀਚਰਸ ਹੁੰਦੇ ਆ ਨਾ, ਸਟੂਡੈਂਟ ਸਭ ਤੋਂ ਜ਼ਿਆਦਾ ਉਹਨਾਂ ਤੋਂ ਕਿਉਂ ਡਰਦੇ ਹੁੰਦੇ ਆ? ਬੇਸਿਕਲੀ ਮੈਂ ਇੰਗਲਿਸ਼ ਨਾਲ ਨਹੀਂ ਐਗਰੀ ਕਰਾਂਗੀ, ਮੈਂ ਮੈਥਸ 'ਚ ਮੈਂ ਵੀ ਬਹੁਤ ਡਰਦੀ ਹੁੰਦੀ ਸੀਗੀ, ਪਤਾ ਨਹੀਂ, ਮੇ ਬੀ ਥੋੜ੍ਹੀ ਜਿਹੀ ਲਾਈਕਿੰਗ ਦੀ ਵੀ ਗੱਲ ਹੁੰਦੀ ਆ, ਜਿਸ ਸਬਜੈਕਟ ਦੀ ਤੁਹਾਡੀ ਲਾਈਕਿੰਗ ਜ਼ਿਆਦਾ ਹੁੰਦੀ ਹੈ ਤੁਹਾਨੂੰ ਉਹ ਈਜ਼ੀ ਲੱਗੂਗਾ, ਜਿੱਥੇ ਤੁਹਾਨੂੰ ਥੋੜ੍ਹਾ ਜਿਹਾ ਲੱਗੂਗਾ ਕਿ ਨਹੀਂ ਥੋੜ੍ਹਾ ਟੀਚਰ ਹਾਰਡ ਹੋ ਗਿਆ ਜਾਂ ਸਮਥਿੰਗ, ਕੁਝ ਕਨਸੈਪਟ ਜਿੱਦਾਂ ਮੈਥਸ 'ਚ ਬੜੇ ਟੈਕਨੀਕਲ ਟਾਈਪ ਆ ਜਾਂਦੇ ਆ, ਫਾਰਮੂਲਾ ਹੈ ਇੱਦਾਂ ਆ ਤਾਂ ਇੱਦਾਂ ਹੀ ਲਿਖਣਾ, ਥੋੜ੍ਹਾ ਇਹਦੇ 'ਚ ਇੰਨੀ ਮੋਡੀਫਿਕੇਸ਼ਨ ਨਹੀਂ ਕਰ ਸਕਦੇ ਨਾ। ਬਾਕੀ ਸਬਜੈਕਟ SST ਹੋ ਗਿਆ, ਸਾਇੰਸ ਕਿਸ 'ਚ ਥੋੜ੍ਹਾ ਸਾ ਤੁਸੀਂ ਮੋਡੀਫਿਕੇਸ਼ਨ ਕਰ ਸਕਦੇ ਆ। ਔਰ ਸਭ ਤੋਂ ਜ਼ਿਆਦਾ ਬੱਚੇ ਰਿਲੈਕਸ ਹੁੰਦੇ ਪੰਜਾਬੀ ਵਾਲੇ ਟੀਚਰ ਕੋਲ, ਕੋਈ ਕਹਿਣਾ ਕਿ ਸ਼ੁਕਰ ਹੈ ਪੰਜਾਬੀ ਵਾਲੇ ਮੈਮ ਆਏ ਹੈ ਨਾ। ਹਾਂਜੀ, ਇਹ ਤਾਂ ਫਿਰ ਡਰਾਇੰਗ ਵਾਲਾ ਕੋਈ ਸਬਜੈਕਟ ਹੋ ਗਿਆ। ਹਾਂਜੀ, ਥੋੜ੍ਹਾ ਜਿਹਾ ਲਾਈਟ ਹੋ ਜਾਂਦਾ ਬੱਚਿਆਂ ਲਈ ਵੀ, ਇੱਕ ਕਲਾਸ ਰੂਟੀਨ ਜਿਹੜੀ ਮੋਨੋਟਨਸ ਜਿਹੀ ਹੋਈ ਹੁੰਦੀ ਹੈ, ਉਹਨਾਂ ਥੋੜ੍ਹਾ ਬ੍ਰੇਕਅਪ ਹੋ ਜਾਂਦਾ, ਉਹਨਾਂ ਨੂੰ ਲੱਗਦਾ ਕਿ ਨਹੀਂ ਇੱਕ ਇੱਦਾਂ ਦਾ ਪੀਰੀਅਡ ਆ, ਅਸੀਂ ਥੋੜ੍ਹਾ ਆਪਣੇ ਡੈਸਕ ਤੋਂ ਬਾਹਰ ਵੀ ਨਿਕਲ ਕੇ ਇੱਧਰ ਉੱਧਰ ਚੀਜ਼ ਲੈ ਸਕਦੇ ਹਾਂ, ਕਰ ਸਕਦੇ ਹਾਂ, ਥੋੜ੍ਹਾ ਜਿਹਾ ਬੱਚਾ ਇਸ ਕਰਕੇ ਲਾਈਟ ਫੀਲ ਕਰਦਾ ਹੈ। ਜੇ ਬਾਕੀ ਸਬਜੈਕਟ 'ਚ ਕਰੀਏ, ਕਿਉਂਕਿ ਉਹ ਡਿਸਿਪਲਿਨ ਮੇਨਟੇਨ ਸਾਨੂੰ ਚਾਹੀਦਾ, ਓਬਵੀਅਸਲੀ ਮੈਂ ਇੱਕ ਚੀਜ਼ ਕਰਾ ਰਹੀ ਹਾਂ ਤਾਂ ਮੈਂ ਇਹ ਨਹੀਂ ਕਦੀ ਚਾਹਾਂਗੀ ਕਿ ਬੱਚਾ ਕੋਈ ਪੈਨਸਿਲ ਲੈਣ ਉੱਥੇ ਗਿਆ ਉੱਥੇ ਰਿਹਾ, ਬੱਚਿਆਂ ਨੂੰ ਬੈਠਣਾ ਪੈਂਦਾ, ਅਤੇ ਜਿਸ ਪੀਰੀਅਡ 'ਚ ਥੋੜ੍ਹਾ ਜਿਹਾ ਬੱਚਿਆਂ ਨੂੰ ਥੋੜ੍ਹਾ ਈਜ਼ੀਨੈਸ ਹੋਊਗਾ, ਓਬਵੀਅਸਲੀ ਬੱਚਾ ਥੋੜ੍ਹਾ ਰਿਲੈਕਸ ਫੀਲ ਕਰ,
ਕਰਦਾ ਹੀ ਉਸ ਪੀਰੀਅਡ 'ਚ। ਅਤੇ ਜਦੋਂ ਮੈਮ ਆਪਾਂ ਪਹਿਲੇ ਸਮੇਂ ਦੀ ਗੱਲ ਕਰਦੇ ਹਾਂ ਕਿ ਪਹਿਲੇ ਇੰਨੀਆਂ ਇੰਸਟਰਕਸ਼ਨਸ ਨਹੀਂ ਹੁੰਦੀਆਂ, ਘਰਦਿਆਂ ਵੱਲੋਂ ਵੀ ਹੁੰਦਾ ਸੀ ਕਿ ਹਾਂ ਬੱਚੇ ਦੀ ਜੇ ਕੋਈ ਗਲਤੀ ਹੈ ਜਾਂ ਨਹੀਂ ਪੜ੍ਹ ਰਿਹਾ ਤਾਂ ਉਹਦੇ ਲਈ ਪੂਰੀ ਸਟ੍ਰਿਕਟਨੈਸ ਆ, ਤੁਸੀਂ ਉਹਨੂੰ ਡਾਂਟ ਵੀ ਸਕਦੇ ਹਾਂ, ਫਟਕਾਰ ਵੀ ਸਕਦੇ ਹਾਂ। ਪਰ ਹੁਣ ਦੇ ਸਮੇਂ ਦੇ ਵਿੱਚ ਇੱਦਾਂ ਦਾ ਕੁਛ ਨਹੀਂ, ਹੁਣ ਦੇ ਸਮੇਂ 'ਚ ਟੀਚਰ ਸਗੋਂ ਡਰਦੇ ਕਿ ਕੋਈ ਗੱਲ ਨਾ ਹੋ ਜਾਵੇ, ਬੱਚਾ ਜਾ ਕੇ ਘਰੇ ਨਾ ਕੁਛ ਕੰਪਲੇਂਟ ਕਰ ਦੇ ਜਾਂ ਪ੍ਰਿੰਸੀਪਲ ਤੱਕ ਨਾ ਕੋਈ ਗੱਲ ਹੋ ਜਾਵੇ। ਈਵਨ ਟੀਚਰਸ ਨੂੰ ਆਪਣੀ ਜੋਬ ਦਾ ਜ਼ਿਆਦਾ ਖਤਰਾ ਹੁੰਦਾ। ਨਹੀਂ, ਬਿਲਕੁਲ ਸਹੀ ਆ, ਕਿਉਂਕਿ ਬਹੁਤ ਸਿਸਟਮ ਚੇਂਜ ਹੋ ਗਿਆ ਹੈਗਾ, ਲਾਜ਼ ਰੂਲਸ ਇੰਨੇ ਆ ਗਿਆ ਅਤੇ ਮੈਜੋਰਿਟੀ ਉਹ ਟੀਚਰਸ ਲਈ ਹੀ ਆਏ ਆ ਕਿ ਤੁਸੀਂ ਬੱਚੇ ਨੂੰ ਜਿੱਦਾਂ ਅਸੀਂ ਲਾਊਡ ਨਹੀਂ ਬੋਲ ਸਕਦੇ ਕਦੀ, ਬੱਚੇ ਨੂੰ ਪੁਆਇੰਟ ਆਊਟ ਨਹੀਂ ਕਰਨਾ, ਬੱਚੇ ਨੂੰ ਕਲਾਸ ਤੋਂ ਬਾਹਰ ਨਹੀਂ, ਕੁਛ ਰੂਲਸ ਇੱਦਾਂ ਜਿੱਦਾਂ ਫਰੇਮ ਹੋ ਗਏ ਗਵਰਨਮੈਂਟ ਵੱਲੋਂ ਕਿ ਇਹ ਚੀਜ਼ਾਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਈ ਬੱਚੇ ਓਬਵੀਅਸਲੀ ਕੁਛ ਕੇਸਿਸ ਇੱਦਾਂ ਹੁੰਦੇ ਆ ਕਿ ਬੱਚਾ ਕਈ ਬਹੁਤ ਟੱਚੀ ਹੁੰਦੇ ਆ, ਕਈ ਇਸ ਚੀਜ਼ ਨੂੰ ਬਹੁਤ ਦਿਲ 'ਤੇ ਲੈ ਜਾਂਦੇ ਕਿ ਟੀਚਰ ਨੇ ਮੈਨੂੰ ਪੁਆਇੰਟ ਆਊਟ ਕੀਤਾ, ਅਤੇ ਉਹ ਥੋੜ੍ਹੇ ਬਹੁਤ ਕੇਸਿਸ ਕਰਕੇ ਇੱਕ ਰੂਲ ਫਰੇਮ ਅਪ ਹੋ ਗਏ ਕਿ ਇੱਦਾਂ ਨਹੀਂ ਕਰਨਾ, ਤੁਸੀਂ ਥੋੜ੍ਹਾ ਜਿਹਾ ਇੱਦਾਂ ਮੇਨਟੇਨ ਕਰਨਾ। ਪਰ ਜੇ ਅਸੀਂ ਕਹਿੰਦੇ ਕਿ ਸਾਨੂੰ ਕਲਾਸ 'ਚ ਡਿਸਿਪਲਿਨ ਵੀ ਚਾਹੀਦਾ ਪਰ ਅਸੀਂ ਲਾਊਡ ਨਹੀਂ ਹੋ ਸਕਦੇ, ਅਸੀਂ ਬੱਚੇ ਨੂੰ ਖੜ੍ਹੇ ਨਹੀਂ ਕਰ ਸਕਦੇ, ਉਹ ਐਜ਼ ਅ ਟੀਚਰ ਸਾਡੇ ਲਈ ਹੁਣ ਦੋਨੋਂ ਬੜਾ ਡਾਈਸੀ ਜਿਹਾ ਸਿਚੁਏਸ਼ਨ ਹੋ ਗਿਆ। ਡਿਸਿਪਲਿਨ ਵੀ ਮੇਨਟੇਨ ਕਰਨਾ, ਰੂਲਸ ਵੀ ਫੋਲੋ ਕਰਨੇ ਆ, ਤੇ ਇਹ ਚੀਜ਼ਾਂ ਕਰਨ ਲਈ ਸਾਨੂੰ ਹੁਣ ਜ਼ਿਆਦਾ ਟੈਨਸ਼ਨ ਔਰ ਹੈਟ੍ਰਿਕ ਜਿਹੜੀ ਹੈ ਟੀਚਰਸ ਨੂੰ ਹੈ, ਇਹ ਟੀਚਰਸ ਦੇ ਪਾਰਟ ਤੇ ਜ਼ਿਆਦਾ ਹੋ ਗਈ ਆ, ਕਿਉਂਕਿ ਰੂਲਸ ਜ਼ਿਆਦਾ ਟੀਚਰਸ ਤੇ ਇੰਪੋਜ਼ ਹੋ ਗਿਆ। ਰਾਦਰ ਸਿਸਟਮ ਇਦਾਂ ਹੁੰਦਾ ਕਿ ਅਸੀਂ ਪੇਰੈਂਟਸ ਨੂੰ ਸਟੂਡੈਂਟਸ ਨੂੰ ਵੀ ਇਨਵੋਲਵ ਕਰਦੇ ਕਿ ਨਹੀਂ, ਕਿ ਪਹਿਲਾਂ ਟਾਈਮ 'ਚ ਕੀ ਹੁੰਦਾ ਸੀ, ਡਿਸਿਪਲਿਨ ਤਾਂ ਪਹਿਲਾਂ ਵੀ ਬਹੁਤ ਮੇਨਟੇਨ ਹੁੰਦਾ ਸੀਗਾ, ਜਦ ਅਸੀਂ ਆਪਣੇ ਟਾਈਮ 'ਚ ਪੜ੍ਹਿਆ ਇੱਦਾਂ ਨਹੀਂ ਸੀ ਕਿ ਡਿਸਿਪਲਿਨ ਨਹੀਂ ਸੀਗਾ, ਰੂਲਸ ਉਸ ਵੇਲੇ ਵੀ ਸੀਗੇ, ਡਿਸਿਪਲਿਨ ਉਸ ਵੇਲੇ ਵੀ ਸੀਗਾ, ਰਿਸਪੈਕਟ ਵੀ ਬਹੁਤ ਸੀਗੀ। ਹੁਣ ਉਲਟਾ ਥੋੜ੍ਹਾ ਸਿਨਾਰੀਓ ਚੇਂਜ ਹੋ ਗਿਆ, ਹੁਣ ਇਹ ਕਿ ਟੀਚਰਸ ਦੇ ਪਾਰਟ 'ਚ ਜ਼ਿਆਦਾ ਰੂਲ ਇੰਪੋਜ਼ ਹੋ ਗਿਆ, ਬੱਚਿਆਂ ਲਈ ਘੱਟ ਆ, ਸਾਨੂੰ ਜ਼ਿਆਦਾ ਆਪਣੇ ਆਪ ਨੂੰ ਦੇਖਣਾ ਪੈਂਦਾ ਕਿ ਸਾਡੇ ਤੋਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਲਾਸ 'ਚ ਐਜ਼ ਕੰਪੇਅਰ ਟੂ ਚਿਲਡਰਨ। ਪਿਛਲੇ ਟਾਈਮ 'ਚ ਹੁੰਦਾ ਸੀ ਬੱਚਿਆਂ ਨੂੰ ਜ਼ਿਆਦਾ ਦੇਖਣਾ ਪੈਂਦਾ ਸੀ ਕਿ ਮੈਂ ਇਹ ਚੀਜ਼ ਨਹੀਂ ਕਰਨੀ ਕਿਉਂਕਿ ਮੈਂ ਕਰਾਂਗਾ ਘਰ ਪੇਰੈਂਟਸ ਨੂੰ ਪਤਾ ਲੱਗੂਗਾ, ਇਹ ਹੋ ਸਕਦਾ ਸੀਗਾ, ਕਿਉਂਕਿ ਪੇਰੈਂਟਸ ਵੀ ਇਹ ਸੋਚਦੇ ਸੀਗੇ ਕਿ ਟੀਚਰ ਜੋ ਕਰੂਗਾ ਮੇਰੇ ਬੱਚੇ ਲਈ ਉਹ ਉਹਦੇ ਗੁੱਡ ਵਿਲ ਲਈ ਹੋਗਾ। ਹੁਣ ਇਹ ਚੀਜ਼ ਉਲਟਾ ਹੋ ਗਈ ਹੈ ਕਿ ਪੇਰੈਂਟਸ ਵੀ, ਕਈ ਪੇਰੈਂਟਸ ਇੱਦਾਂ ਦੇ ਫਸੀ ਹੋ ਗਏ ਆ, ਉਹਨਾਂ ਨੂੰ ਲੱਗਦਾ ਕਿ ਨਹੀਂ, ਕਿ ਮੇਰੇ ਬੱਚੇ ਨੂੰ ਕਿਹਾ, ਬੱਚਾ ਚਾਹੇ ਥੋੜ੍ਹੀ ਜਿਹੀ ਚੀਜ਼ ਹੋਊਗਾ ਪਰ ਪੇਰੈਂਟਸ ਚੀਜ਼ ਨੂੰ ਬਹੁਤ ਹਾਈਲਾਈਟ ਕਰ ਦਿੰਦੇ ਆ ਕਿ ਨਹੀਂ ਇਹ ਬਹੁਤ ਹੋ ਗਿਆ, ਡਿਪਰੈਸ਼ਨ ਹੋ ਗਿਆ ਮੇਰੇ ਬੱਚੇ ਨੂੰ, ਆਊਟ ਆਫ ਦਾ ਵੇ ਹੋ ਗਿਆ, ਬੱਚਾ ਬਹੁਤ ਲੋ ਫੀਲ ਕਰ ਰਿਹਾ। ਪੇਰੈਂਟਸ ਕਈ ਵਾਰ ਚੀਜ਼ ਨੂੰ ਇੰਨਾ ਹਾਈਪ ਕਰ ਦਿੰਦੇ ਆ ਅਤੇ ਬੱਚੇ ਨੂੰ ਲੱਗਦਾ ਕਿ ਮੈਨੂੰ ਸਪੋਰਟ ਤਾਂ ਪਿੱਛੋਂ ਮਿਲ ਹੀ ਰਿਹਾ ਇਸ ਚੀਜ਼ ਲਈ, ਅਤੇ ਉਹ ਵੀ ਇਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰ ਦਿੰਦਾ ਕਲਾਸ 'ਚ, ਅਤੇ ਇਹ ਥੋੜ੍ਹਾ ਮੁਸ਼ਕਿਲ। ਆਪਣੇ ਆਪ ਹੀ ਬੇਫਿਕਰ ਹੈ ਕਿ ਜਦੋਂ ਪਿੱਛੇ ਫੀਡਬੈਕ ਪੇਰੈਂਟਸ ਦੀ ਮਿਲ ਰਹੀ, ਮਤਲਬ ਪੇਰੈਂਟਸ ਦਾ ਸਿਸਟਮ ਪੋਜ਼ਿਟਿਵ ਨਾ ਹੋ ਕੇ ਨੈਗੇਟਿਵ ਵੱਲ ਜ਼ਿਆਦਾ ਜਾ ਰਿਹਾ ਹੈਗਾ। ਓਬਵੀਅਸਲੀ ਬੱਚਿਆਂ ਲਈ ਇਹ ਬਿਲਕੁਲ, ਆਪਣੇ ਬੱਚਿਆਂ ਲਈ ਆਪ ਹੀ ਉਹਨਾਂ ਦੀ ਪੈਰਾਂ 'ਤੇ ਕੁਹਾੜੀ ਮਾਰ ਰਹੇ ਆ। ਮੈਮ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਤੁਸੀਂ ਮੈਮ ਪਲੀਜ਼ ਇੱਧਰ ਆ ਜਾਓ, ਕਿ ਜਿਹੜੇ ਇੰਟੈਲੀਜੈਂਟ ਹੈ ਨਾ ਸਟੂਡੈਂਟਸ ਹੁੰਦੇ ਆ, ਬਹੁਤ ਹੀ ਵਾਰ ਸੁਣਨ ਨੂੰ ਜਾਂ ਦੇਖਣ ਨੂੰ ਆਇਆ ਕਿ ਟੀਚਰਸ ਦਾ ਉਹਨਾਂ ਨਾਲ ਜ਼ਿਆਦਾ ਲਗਾਵ ਹੁੰਦਾ, ਅਤੇ ਜਿਹੜੇ ਮੇਰੇ ਵਰਗੇ ਨਲਾਇਕ ਜਿਹੇ ਹੁੰਦੇ ਆ ਉਹ ਤਾਂ ਕਲਾਸ ਡੈਕਸ 'ਤੇ ਬੈਠਣਾ, ਅਤੇ ਦੂਜਾ ਸੋਚਣਾ ਕਿ ਮੈਮ ਕਿਹੜਾ ਮੈਨੂੰ ਬੁਲਾਉਣਾ ਨਾ, ਮੈਨੂੰ ਹਰ ਗੱਲ 'ਤੇ ਮੈਨੂੰ ਡਾਂਟਣਾ, ਸਗੋਂ ਉਹ ਬੱਚਾ ਜਿਹੜਾ ਡਾਊਨ ਡਾਊਨ ਔਰ ਡੇ ਬਾਏ ਡੇ ਡਾਊਨ ਜਾਂਦਾ। ਸੋ ਟੀਚਰਸ ਨੂੰ ਚਾਹੀਦਾ ਕਿ ਜਿਹੜੇ ਬੱਚੇ ਘੱਟ ਮਿਹਨਤ ਕਰ ਰਹੇ ਨੇ ਉਹਨਾਂ ਵੱਲ ਥੋੜ੍ਹਾ ਜ਼ਿਆਦਾ ਕੇਅਰ ਕਰਨ, ਉਹਨਾਂ ਨੂੰ ਜ਼ਿਆਦਾ ਪਿਆਰ ਕਰਨ, ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਿਰਫ ਜਿਹੜੇ ਕਲਾਸ ਦੇ ਰਿਪ੍ਰਜੈਂਟੇਟਿਵ ਆ ਉਹਨਾਂ ਨੂੰ ਕਲਾਸ ਜਾਂ ਜ਼ਿਆਦਾ ਜਿਹੜਾ ਫੀਡਬੈਕ ਜਿਹੜੀ ਅੱਛੀ ਮਿਲਦੀ ਹੈ। ਮੈਂ ਤੁਹਾਡੀ ਇਹ ਗੱਲ ਨਾਲ ਬਿਲਕੁਲ ਸਹਿਮਤ ਹਾਂ, ਇਹ ਬਿਲਕੁਲ ਪਾਰਸ਼ੀਅਲਿਟੀ ਐਜ਼ ਅ ਟੀਚਰ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਟੀਚਰ ਲਈ। ਈਵਨ ਇੰਟੈਲੀਜੈਂਟ ਸਟੂਡੈਂਟ, ਅਬਵ ਐਵਰੇਜ, ਬਿਲੋ ਐਵਰੇਜ, ਔਲ ਸਾਰੇ ਸੇਮ ਹੈ। ਔਰ ਵੈਸੇ ਸਾਡੇ DAV ਦੀ ਟੀਚਰ ਇਸ ਤਰ੍ਹਾਂ ਕਰਦੀਆਂ ਵੀ ਨਹੀਂ, ਸਾਰਿਆਂ ਨੂੰ ਤਵੱਜੋ ਦਿੱਤੀ ਜਾਂਦੀ ਹੈ। ਫਰੈਂਕਲੀ ਸਪੀਕਿੰਗ, ਇਹ ਇੱਕ DAV ਟੀਚਰਸ ਦੀ ਬੜੀ ਆਈ ਵੁੱਡ ਸੇ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਕਦੀ ਵੀ ਨਹੀਂ ਕੋਈ ਟੀਚਰ ਪਾਰਸ਼ਲ ਹੋਈ। ਵੀ ਆਰ ਲੁਕਿੰਗ ਟੂ ਦਾ ਲੋ ਐਵਰੇਜ ਆਲਸੋ ਐਂਡ ਅਬਵ ਐਵਰੇਜ, ਔਰ ਇੰਟੈਲੀਜੈਂਟ ਵਨਸ ਵੀ ਚਾਂਸ ਦਿੱਤਾ ਜਾਂਦਾ ਕਿਸ ਤਰ੍ਹਾਂ ਉੱਪਰ ਆਉਣ ਦਾ, ਐਸੇ ਨਹੀਂ ਹੈ। ਲੇਕਿਨ ਲੋ ਨੂੰ ਵੀ ਦੇਖਿਆ ਜਾਂਦਾ ਔਰ ਦੇਖਣਾ ਵੀ ਚਾਹੀਦਾ। ਐਜ਼ ਅ ਟੀਚਰ ਯੂ ਆਰ ਨੋਟ ਡੂਇੰਗ ਜਸਟਿਸ ਅਗਰ ਤੁਸੀਂ ਉਹਨਾਂ ਨੂੰ ਨਹੀਂ ਦੇਖ ਰਹੇ। ਮੈਂ ਖੁਦ ਇੱਕ ਸਪੈਸ਼ਲ ਕਲਾਸਿਸ ਲੈ ਰਹੀ ਹਾਂ ਜੋ ਕਿ ਮੇਰੇ ਕੋਲ ਖਾਲੀ ਬਿਲੋ ਐਵਰੇਜ ਹੀ ਬੱਚੇ ਆ ਰਹੇ ਹੈ। ਤੋ ਸਾਡੇ ਸਕੂਲ ਦੇ ਵਿੱਚ ਇੱਕ ਸਪੈਸ਼ਲ ਫੈਸਿਲਿਟੀ ਦਿੱਤੀ ਗਈ ਹੈ ਫੋਰ ਸਲੋ ਲਰਨਰਸ। So it is all appreciation to the school department, to the managing committee, to the principal, ke aise bachchan nu tusi opportunity de rahe ho jo bachche thode piche ho kis tarah agge aan ji. Bahut bahut shukriya ma'am, agge vadhiya. Sab to senior ma'am ਸਾਡੇ ਨਾਲ ਨੇ, ਔਰ ਮੈਮ ਤੁਹਾਨੂੰ ਦੇਖ ਕੇ ਵੈਸੇ ਮੈਂ ਵੀ ਥੋੜ੍ਹਾ ਨਰਵਸ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਆਪਣੇ ਸਕੂਲ ਦੇ ਕਾਲਜ ਦੇ ਪ੍ਰਿੰਸੀਪਲ ਕੋਲ ਖੜੀ ਹਾਂ। ਮੈਮ ਤੁਹਾਨੂੰ ਸਤਿ ਸ਼੍ਰੀ ਅਕਾਲ ਲੱਗਦੇ ਹਾਂ। ਮੈਮ ਤੁਹਾਡਾ ਨਾਮ? ਮੇਰਾ ਨਾਮ ਸ਼ਮਾ ਹੈ।
ਤੇ ਮੈਂ ਡੀਏਵੀ ਪਬਲਿਕ ਸਕੂਲ ਦੇ ਵਿੱਚ ਸੁਪਰਵਾਈਜ਼ਰ ਹਾਂ, ਪਿਛਲੇ 32 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹਾਂ। ਜ਼ਿੰਦਗੀ ਦਾ ਲੰਬਾ ਵਧੀਆ ਸਫ਼ਰ ਔਰ ਤਜ਼ਰਬਾ। ਤੇ ਮੈਮ ਮੈਨੂੰ ਹੁਣ ਸਵਾਲ ਕਰਨ ਦੀ ਲੋੜ ਨਹੀਂ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਸਾਹਮਣੇ ਬਹੁਤ ਹੈ ਨਾ, ਸੋ ਤੁਸੀਂ ਆਪਣੇ ਤਜ਼ਰਬੇ ਸਾਡੇ ਨਾਲ ਸਾਂਝੇ ਕਰਨੇ ਆ, ਔਰ ਸਟੂਡੈਂਟਸ ਦੇ ਨਾਲ ਕਿੱਦਾਂ ਡੀਲਿੰਗ ਹੁੰਦੀ ਹੈ, ਟੀਚਰਸ ਦੇ ਨਾਲ, ਪੇਰੈਂਟਸ ਦੇ ਨਾਲ, ਔਰ ਐਜੂਕੇਸ਼ਨ ਨੂੰ ਲੈ ਕੇ। ਜਦੋਂ ਮੈਂ ਨਵਾਂ ਨਵਾਂ ਜੁਆਇਨ ਕੀਤਾ ਤਾਂ ਪਬਲਿਕ ਸਕੂਲ ਦਾ ਕੋਨਸੈਪਟ ਹੀ ਆਇਆ ਸੀਗਾ ਅੰਮ੍ਰਿਤਸਰ ਦੇ ਵਿੱਚ। ਇਸ ਸਕੂਲ ਨੂੰ ਦੇਖ ਕੇ ਤਾਂ ਐਕਸਾਈਟਮੈਂਟ ਸੀ, ਹਰ ਇੱਕ ਚਾਹੁੰਦਾ ਸੀ ਕਿ ਇੱਥੇ ਹੀ ਬੱਚੇ ਨੂੰ ਪਾਇਆ ਜਾਵੇ। ਉਦੋਂ ਸਪੋਰਟ ਸਿਸਟਮ ਵੀ ਬਹੁਤ ਅੱਛਾ ਸੀ, ਪੇਰੈਂਟਸ ਵੱਲੋਂ, ਮੈਨੇਜਮੈਂਟ ਵੱਲੋਂ, ਸਕੂਲ, ਬੱਚੇ ਸਾਰੇ, ਲਾਈਕ ਜਿਵੇਂ ਅਸੀਂ ਆਪਣੇ ਟਾਈਮ ਦੇ ਵਿੱਚ ਡਿਸਿਪਲਿਨ ਦੇ ਲਈ ਪੱਕੇ ਸੀ, ਉਂਝ ਇਨੀਸ਼ੀਅਲ ਸਟੇਜ 'ਤੇ ਬੱਚੇ ਪੱਕੇ ਸੀ। ਹੁਣ ਸਾਨੂੰ ਵੈਲਿਊ ਐਜੂਕੇਸ਼ਨ ਦੇ ਉਹਨਾਂ ਨੂੰ ਕਲਾਸਿਸ ਲਗਾਉਣੀਆਂ ਪੈਂਦੀਆਂ ਜਿਹੜੀਆਂ ਕਿ ਪਹਿਲਾਂ ਸਾਨੂੰ ਤਾਂ ਵਿਰਾਸਤ ਦੇ ਵਿੱਚ ਹੀ ਮਿਲੀਆਂ ਹੋਈਆਂ ਸੀ। ਪੇਰੈਂਟਸ ਦੇ ਲਈ ਮੈਂ ਇਹ ਕਹਾਂਗੀ ਕਿ ਇਹ ਪੇਰੈਂਟਸ ਸੋਚ ਰਹੇ ਜੀ ਅਸੀਂ ਆਪਣੇ ਬੱਚਿਆਂ ਨੂੰ ਸਪੋਰਟ ਕਰ ਰਹੇ ਹਾਂ, ਕਿਸੇ ਜੇ ਟੀਚਰ, ਕੋਈ ਵੀ ਟੀਚਰ ਹੈ ਚਾਹੇ ਕਿਸੇ ਵੀ ਡਿਪਾਰਟਮੈਂਟ ਦੀ ਹੈ, ਜੇ ਬੱਚਿਆਂ ਨੂੰ ਝਿੜਕ ਰਹੀ ਹੈ ਜਾਂ ਕੁਛ ਵੀ ਕਹਿ ਰਹੀ ਹੈ, ਉਹ ਬੱਚੇ ਦੀ ਬਿਹਤਰੀ ਲਈ ਹੈ। ਕਿਉਂਕਿ ਇੱਕ 12-13-14 ਸਾਲ ਦਾ ਸਫ਼ਰ ਖਤਮ ਕਰਕੇ ਬੱਚਿਆਂ ਨੇ ਬਾਅਦ 'ਚ ਪੇਰੈਂਟਸ ਨੇ ਉਹਨਾਂ ਨਾਲ ਡੀਲ ਕਰਨਾ, ਉਦੋਂ ਮੱਥੇ 'ਤੇ ਹੱਥ ਮਾਰਦੇ ਨੇ ਜੀ, ਬਿਲਕੁਲ। ਹੁਣ ਉਹ ਸੋਚਦੇ ਨੇ ਕਿ ਟੀਚਰ ਨੇ ਕਿਹਾ ਅਤੇ ਜਾਂਦੀ ਕਿੱਥੇ ਹੈ, ਮਤਲਬ ਕਿ ਇੰਨੀ ਅਵੇਅਰਨੈਸ ਆ ਗਈ ਹੈ। ਸਲੋ ਲਰਨਰ ਇੱਕ ਬੱਚਾ ਪਰਸੋਂ ਕਹਿ ਰਿਹਾ ਸੀ ਕਿ ਹੁਣ ਤਾਂ ਮੈਡਮ ਮੈਨੂੰ ਕੁਛ ਨਹੀਂ ਕਹਿ ਸਕਦੀ, ਜੇ ਮੈਡਮ ਨੇ ਮੈਨੂੰ ਕੁਛ ਕਿਹਾ ਤਾਂ ਮੈਡਮ ਨੂੰ ਜੇਲ੍ਹ ਹੋ ਜਾਣੀ ਹੈ। ਐਂਡ ਇਫ ਦਿਸ ਇਜ਼ ਦਾ ਸਿਚੁਏਸ਼ਨ ਤਾਂ ਮੈਨੂੰ ਨਹੀਂ ਲੱਗਦਾ ਕਿ ਟੀਚਿੰਗ ਫੈਕਲਿਟੀ ਸਾਨੂੰ ਥੋੜ੍ਹੇ ਸਾਲਾਂ 'ਚ ਅੱਛੀ ਟੀਚਿੰਗ ਫੈਕਲਿਟੀ ਮਿਲੇਗੀ। ਬਸ ਉਹ ਹੀ ਮਿਲੇਗੀ ਜਿਹੜੀ ਟਾਈਮ ਪਾਸ ਕਰਨ ਆਏਗੀ, ਵੀ ਸੈਲਰੀ ਮਿਲ ਜਾਏ ਮੇਰੇ ਵੱਲੋਂ ਬੱਚੇ ਨੂੰ, ਆਵੇ ਨਾ ਆਵੇ। ਹੁਣ ਜਿਵੇਂ ਮੈਂ ਕੋ ਕਰੀਕੁਲਰ ਦੀ ਇੰਚਾਰਜ ਹਾਂ, ਅਤੇ ਪੇਰੈਂਟਸ, ਸਾਡੇ ਪੇਰੈਂਟਸ ਨੂੰ ਬੜਾ ਸ਼ੌਕ ਹੁੰਦਾ ਸੀਗਾ ਕਿ ਵੀ ਪਾਰਟ ਲੈਣ, ਅਤੇ ਘਰ 'ਚ ਮਤਲਬ ਕਦੀ ਲਹਿੰਗੇ ਨੂੰ ਲੱਗ ਰਹੇ ਨੇ, ਅਤੇ ਕਦੀ ਚੁੰਨੀ ਨੂੰ ਲੱਗ ਰਹੀ, ਕਦੀ ਡਰੈਸਿਸ ਬਣ ਰਹੀ ਹੈ। ਹੁਣ 70-30% ਹੈ, 70% ਪੇਰੈਂਟਸ ਚਾਹੁੰਦੇ ਆ ਐਜੂਕੇਸ਼ਨ ਫੋਕਸਡ ਐਜੂਕੇਸ਼ਨ, ਅਤੇ 30% ਚਾਹੁੰਦੇ ਨੇ ਕਿ ਵੀ ਪਾਰਟੀਸਪੇਟ ਕਰਨ ਸਾਡੇ ਬੱਚੇ। ਉਹ ਕਹਿੰਦੇ ਮੈਡਮ ਜੀ ਸਪੈਸ਼ਲ ਛੱਡਣ ਆਉਣਾ ਪਏਗਾ, ਕਲਾਸਿਸ ਮਿਸ ਹੋਣਗੀਆਂ। ਜਦਕਿ ਇਸ ਸਕੂਲ ਦੇ ਵਿੱਚ ਹੈਟਸ ਆਫ ਟੂ ਮਾਈ ਸਟਾਫ ਮੈਂਬਰਸ, ਅਗਰ ਪ੍ਰੈਕਟਿਸ ਦੇ ਲਈ ਬੱਚੇ ਆਉਂਦੇ ਨੇ ਔਰ ਆਪਣਾ ਮਿਸ ਕਰਦੇ ਨੇ ਤਾਂ ਟੀਚਰਸ ਉਹਨਾਂ ਨੂੰ ਐਕਸਟਰਾ ਟਾਈਮ ਲਗਾ ਕੇ ਕਵਰ ਕਰਵਾਉਂਦੇ ਨੇ। ਪਰ ਉਸਦੇ ਬਾਵਜੂਦ ਵੀ ਹੁਣ ਸਾਡੀ ਐਜੂਕੇਸ਼ਨ ਇੱਕ ਇੱਕ ਲਾਈਨ 'ਤੇ ਚੱਲ ਰਹੀ ਹੈ, ਸਿਰਫ ਪੜ੍ਹਾਈ ਪੜ੍ਹਾਈ, ਜਦਕਿ ਉਹਦੀ ਆਊਟਪੁੱਟ ਇੰਨਾ ਨਹੀਂ ਆ ਰਿਹਾ ਜਿੰਨਾ ਇਨਪੁੱਟ ਹੈ। ਪਹਿਲਾਂ ਸਾਡੇ ਸੀ, ਅਸੀਂ ਖੇਡ ਵੀ ਰਹਿੰਦੇ ਸੀਗੇ ਸ਼ਾਮ ਨੂੰ, ਪਾਰਟੀਸਪੇਟ ਵੀ ਹਰ ਚੀਜ਼ ਕਰਦੇ ਸੀ, ਅਤੇ ਫਸਟ ਡਿਵੀਜ਼ਨ ਵੀ ਲੈ ਲੈਂਦੇ ਸੀਗੇ, ਅਤੇ ਵੈਲਿਊਜ਼ ਵੀ ਪੂਰੀਆਂ ਭਰੀਆਂ ਹੋਈਆਂ ਸੀ। ਕੋਈ ਸਿਖਾਉਣੀਆਂ ਨਹੀਂ ਪੈਂਦੀਆਂ ਸੀ, ਡਿਸਿਪਲਿਨ ਸਿਖਾਉਣਾ ਨਹੀਂ ਪੈਂਦਾ ਸੀ, ਸਿੱਖਿਆ ਸਿਖਾਇਆ ਜਾਂਦਾ ਸੀ। ਅਤੇ ਹੁਣ ਸਾਨੂੰ ਥੋੜ੍ਹਾ ਸਭ ਨੂੰ ਮਿਲ ਕੇ ਸੋਚਣਾ ਪਏਗਾ ਜੇ ਅਸੀਂ ਆਪਣੇ ਬੱਚਿਆਂ ਨੂੰ ਹਰ ਚੈਲੰਜ ਲਈ ਵਰਲਡ ਦੇ ਵਿੱਚ ਖੜਾ ਕਰਨਾ ਚਾਹੁੰਦੇ। ਔਰ ਬਾਕੀ ਜੇ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਮਲਟੀ ਟੈਲੈਂਟਡ ਬਣਾਉਣਾ ਤਾਂ ਸਿਰਫ ਪੜ੍ਹਾਈ ਪੜ੍ਹਾਈ ਔਰ ਪੜ੍ਹਾਈ 'ਤੇ ਨਹੀਂ ਫੋਕਸ ਹੋਣਾ ਚਾਹੀਦਾ, ਉਹਦੇ ਨਾਲ ਨਾਲ ਲਾਗੇ ਆਂਢ ਗੁਆਂਢ ਕੀ ਹੋ ਰਿਹਾ, ਬੱਚੇ ਕੀ ਖੇਡ ਰਹੇ ਨੇ। ਪਹਿਲੇ ਸਮਿਆਂ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਕੀ ਖੇਡਦੇ ਸੀ, ਦਾਦਾ ਜੀ ਹੁਣੇ ਕੀ ਖੇਡਦੇ ਸੀ, ਇੱਦਾਂ ਦੀਆਂ ਗੇਮ, ਜੇ ਉਹਨਾਂ ਦੀਆਂ ਗੇਮ ਤੁਸੀਂ ਆਊਟਡੋਰ ਜਾ ਕੇ ਨਹੀਂ ਖੇਡ ਸਕਦੇ, ਘਰ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਸਾਰੀ ਇਹੋ ਜਿਹੀਆਂ ਫੈਸਿਲਿਟੀਜ਼ ਨੇ ਜਿੱਥੇ ਟੀਚਰਸ ਵੱਲੋਂ ਪੂਰੀ ਸਹੂਲਤ ਦਿੱਤੀ ਜਾਂਦੀ ਹੈ, ਪੂਰਾ ਫੀਡਬੈਕ ਦਿੱਤਾ ਜਾਂਦਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਇੱਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕੀਤਾ ਜਾਵੇ, ਔਰ ਨਾਲ ਦੀ ਨਾਲ ਸਪੋਰਟਸ ਡੇ 'ਤੇ ਬਹੁਤ ਸਾਰੇ ਇੱਦਾਂ ਦੇ ਫੰਕਸ਼ਨਸ ਹੁੰਦੇ ਨੇ ਸਪੋਰਟਸ ਨੂੰ ਲੈ ਕੇ। ਸੋ ਮੈਮ ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਪਰ ਆਖਿਰ ਦੇ ਵਿੱਚ ਕੋਈ ਮੈਸੇਜ ਕਨਵੇ, ਵੈਸੇ ਤਾਂ ਤੁਸੀਂ ਜਿੰਨਾ ਵੀ ਜਵਾਬ ਦਿੱਤਾ ਉਹਦੇ ਵਿੱਚ ਬਹੁਤ ਵਧੀਆ ਮੈਸੇਜ ਕਨਵੇ ਹੋ ਚੁੱਕਾ, ਪਰ ਫਿਰ ਵੀ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸੁਨੇਹਾ। ਮੇਰਾ ਮੈਸੇਜ ਪੇਰੈਂਟਸ ਨੂੰ, ਟੀਚਰਸ ਨੂੰ ਅਤੇ ਬੱਚਿਆਂ ਨੂੰ ਕਿ ਅਸੀਂ ਹੱਥਾਂ ਦੇ ਵਿੱਚ ਹੱਥ ਲੈ ਕੇ ਚੱਲਣਾ, ਇੱਕ ਦੂਜੇ ਤੋਂ ਹੱਥ ਛੁਡਾ ਕੇ ਨਹੀਂ ਚੱਲਣਾ। ਔਰ ਇਹ ਸਨ DAV ਸਕੂਲ, DAV ਪਬਲਿਕ ਸਕੂਲ ਦੇ ਅਧਿਆਪਕ ਟੀਚਰ ਸਾਹਿਬਾਨ, ਜਿਨ੍ਹਾਂ ਨੇ ਆਪਣੀ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ, ਅਤੇ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕੀਤੇ, ਕਿੱਦਾਂ ਦੇ ਸਟੱਡੀ ਉਹ ਕਰਵਾ ਰਹੇ ਨੇ, ਕਿਸ ਰਿਗਾਰਡਿੰਗ ਬੱਚੇ ਉਹਨਾਂ ਕੋਲ ਆਪਣੀਆਂ ਪ੍ਰੋਬਲਮਸ ਲੈ ਕੇ ਆਉਂਦੇ ਨੇ, ਕਿੱਦਾਂ ਦਾ ਉਹ ਅੱਗੇ ਉਹਨਾਂ ਨੂੰ ਰਿਸਪੋਂਸ ਦਿੰਦੇ ਨੇ, ਔਰ ਮਦਰਸ ਦੇ ਵਾਂਗ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ, ਆਪਣੇ ਬੱਚਿਆਂ ਵਾਂਗ ਸਕੂਲ ਔਰ ਕਾਲਜਿਸ ਵਾਲੇ ਬੱਚਿਆਂ ਨੂੰ ਵੀ ਅੱਛੇ ਤਰ੍ਹਾਂ ਟ੍ਰੀਟ ਕੀਤਾ ਜਾਂਦਾ, ਤਾਂ ਕਿ ਉਹਨਾਂ ਨੂੰ ਫੀਲ ਨਾ ਹੋਵੇ ਕਿ ਉਹ ਸਕੂਲ ਦੇ ਵਿੱਚ ਸਿਰਫ ਪੜ੍ਹਾਈ ਕਰਨ ਆ ਰਹੇ ਨੇ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜੇਕਰ ਹਰੇਕ ਸਕੂਲ
ਹਰੇਕ ਸੰਸਥਾ ਧਿਆਨ ਵਿੱਚ ਰੱਖੇ ਔਰ ਖਾਸ ਕਰ ਉੱਥੋਂ ਦੇ ਅਧਿਆਪਕ ਧਿਆਨ ਵਿੱਚ ਰੱਖਣ, ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਵਿੱਦਿਆ ਵਿਚਾਰੀ ਜਿਹੜੀ ਉਹ ਇਕੱਲੀ ਵਿਚਾਰ ਹੀ ਨਹੀਂ ਰਹਿ ਜਾਊਗੀ। ਵਿੱਦਿਆ ਲਈ ਅਸੀਂ ਜੇ ਕੁਛ ਕਰਨਾ ਹੈ ਤਾਂ ਵਿੱਦਿਆ ਇਹੋ ਜਿਹਾ ਦਾਨ ਹੈ ਜਿਨ੍ਹਾਂ 'ਚ ਇਹਨੂੰ ਅਸੀਂ ਵਧਾਵਾਂਗੇ, ਦੂਜੇ ਤੱਕ ਪਹੁੰਚਾਵਾਂਗੇ ਤਾਂ ਇਹ ਹੋਰ ਵੱਧਦੀ ਜਾਊਗੀ। ਸੋ ਅੱਜ ਦੇ ਲਈ ਇੰਨਾ ਹੀ, ਅਤੇ ਅਗਲੇ ਹਫ਼ਤੇ ਕਿਸੇ ਵੱਖਰੀ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ। ਤਦ ਤੱਕ ਲਈ ਰੱਬ ਰਾਖਾ। ਬੋਲੇ।